बिस्मिल्ला हुआ। असलाकुम व्यूअर्स क्राइटेरियन टीवी नैटवर्क के एक खूबसूरत प्रोग्राम हस्ता खेड़ हजारा के नाल एकदम फिर तीन खिदमत भी हाजिर हाँ व्यूअर्स बहुत बहुत शुक्रिया कि तोग्राम बहुत लाइक किता है ਔਰ ਇਨਸ਼ਾਅੱਲਾ ਉਮੀਦ ਹੈ ਕਿ ਇੱਕ ਸੀਰੀਜ਼ ਚਲਦੀ ਰਹੇਗੀ ਇਸ ਪ੍ਰੋਗਰਾਮ ਦੀ ਜਿਸ ਜਿਸ ਤਰ੍ਹਾਂ ਤੁਸੀਂ ਇਸਾ ਲਾਈਕ ਕਰਦੇ ਜੁਲਸੋ ਇਹ ਸਭ ਪ੍ਰੋਗਰਾਮ ਪਸੰਦ ਕਰਦੇ ਜੁਲਸੋ ਤੇ ਇਨਸ਼ਾਅੱਲਾ ਇਹ ਪ੍ਰੋਗਰਾਮ ਜਿਹੜਾ ਹੈ ਅਗੇ ਇਨਸ਼ਾਅੱਲਾ ਵੱਧਦਾ ਜੁਲਸੀ ਤੇ ਪਿਛੇ ਪ੍ਰੋਗਰਾਮ ਵਿੱਚ ਜਿਸਾ ਗੱਲ ਆ ਗਈ ਕਿ ਇਹਨਾਂ ਸ਼ਾਜੀਆਂ ਕੋਲ ਅਸਾਂ ਇੱਕ ਗੱਲ ਇੱਕ ਪੁੱਛਣੀ ਹੈ ਕਿ ਯਾਰ ਉਹ ਕਿਹੜਾ ਜਿਹੜਾ ਕਦੇ ਇਹਨਾਂ ਦੇ ਖਾਬਾ ਵਿੱਚ ਆਉਂਦਾ ਕਦੇ ਇਹਨਾਂ ਸਹਿਉ ਨਹੀਂ ਦਿੰਦਾ ਕਦੇ ਇਹਨਾਂ ਤੰਗ ਕਰਦਾ ਕਦੇ ਕਿਧਰੋਂ ਆਉਂਦਾ ਕਦੇ ਕਿਧਰੋਂ ਆਉਂਦਾ ਸ਼ੀਸ਼ੇ ਕੱਲ ਦੇ ਰੋ ਆਉਂਦਾ ਸਾਦੇ ਉਹ ਆਉਂਦੇ ਜਾਗਦੇ ਉਹ ਆਉਂਦੇ ਤੇ ਸ਼ਾਜੀ ਹੁਣ ਅਸਾਂ ਦੱਸਣ ਸਹੀ लेकिन यह है कि उम्मीद है कि किसी प्रोग्राम में दसन असू इन्होंने को के ए, आ, भी नहीं छोड़ देना तो बहर हाल जी मौजूद ने इस प्रोग्राम में शुजात अली शाह जी शाह जी त बहुत बहुत शुक्रिया तो एक फिर टाइम कटे असर इस प्रोग्राम की हरकत आओ आखने तुसा तो आने का बहुत बहुत शुक्रिया शाह जी गल कि पिछली दफा तुम मेरे तु को एक गलती होगी मैं जी पटारी को ਤੇ ਪਟਾਰੀ 'ਚ ਜੋ ਤੁਸੀਂ ਜੇ ਕਹਿੰਦੇ ਇੱਕ ਨਾਗ ਕੜੇ ਦੂਆ ਨਾਗ ਕੜੇ ਕਹਿੰਦਾ ਸਾਹ ਕਾਲੇ ਨਾਗ ਉਹ ਕਹਿੰਦੇ ਪੀਲੇ ਨਾਗ ਉਹ ਕੋਈ ਨੀਲੇ ਨਾਗ ਹ ਤੇ ਅੱਜ ਉਹ ਗੱਲ ਨਾ ਕਰਦੇ ਪਟਾਰੀ ਗਾਲੀ ਅੱਜ ਜਿਹੜਾ ਹੈ ਰਾਤੀ ਸੈਭੀ ਨਾਗ ਕੇ ਤੇ ਅੱਜ ਕੋਸ਼ਿਸ਼ ਕਰਨੀ ਹੈ ਕਿ ਨਾਗਾਂ ਦੇ ਪਾਸੇ ਨਹੀਂ ਜੁੜਨਾ ਤੇ ਕੋਈ ਇਹ ਜਿਹਾ ਕੰਮ ਕਰਨਾ ਹੈ ਕਿ ਜਿਵੇਂ ਖੁਸ਼ ਹੋਣ ਸਾਡੇ ਈਵਰਸ ਵੀ ਔਰ ਉਹਨਾਂ ਦੇ ਵੀ ਜਿਹੜਾ ਹੈ ਉਹ ਇਸ ਉਤੇ ਇੰਜੋਏ ਵੀ ਕਰਨ ਦੇਖੋ ਵੀ ਆਪਣਾ ਲਾਈਕ ਵੀ ਕਰਨ ਤੇ ਅੱਜ ਇੱਕ ਫੁੱਲਾਂ ਦਾ ਖਾਰਾ ਜਿਹੜਾ ਹੈ ਉਸ ਵਿੱਚੋਂ ਕੁਝ ਫੁੱਲ ਜਿਹੜੇ ਕਿਹੜੇ ਕਿਹੜੇ ਬੋਲ ਨੇ ਜੀ ਰੰਗੋ ਰੰਗ ਫੁੱਲਣ ਜੀ ਡਾਕਟਰ ਸਾਹਿਬ ਨਾਲਾ ਸਾਹਿਬ ਚਾਹੀ ਬੁਲਾਉ ਰੰਗੋ ਰੰਗ ਫੁੱਲਣ ਡਾਕਟਰ ਸਾਹਿਬ ਹਾਂ ਜੀ ਪਹਿਲੇ ਤੇ ਮੈਂ ਫਿਰ ਇੱਕ ਦਫਾ ਤੁਸਾਂ ਦੀ ਮਿਹਰਬਾਨੀ ਕਿ ਤੁਸਾਂ ਫਿਰ ਮੇ ਕੋ ਹਥ ਬੁਲਾਇਆ ਤੇ ਕੁਝ ਗੱਲਾਂ ਕਰਨਾ ਦਾ ਤੇ ਤੁਸਾਂ ਨਾਲ ਇਹ ਗੱਲ ਕੀਤੀ ਡਾਕਟਰ ਸਾਹਿਬ ਕਿ ਪਿਛਲੀ ਦਫਾ ਕਿ 나ਗੀ 나ਗਾ ਸੇ ਤੇ ਉਹ ਵਾਕਈ ਉਸ ਵਿੱਚ ਇਹ ਜਿਹਾ ਲੱਗਦਾ ਸੀ ਕਿ 나ਗੀ 나ਗੇ ਨਾ ਰਿਟੇ ਲੇਕਿਨ ਤੁਸੀਂ ਸੁਣਾ ਗਿਆ ਪਟਾਰੀ ਖੋਲੋ ਤੇ ਕੋਈ ਨਾ ਕੱਢੋ ਮੈਂ ਪਟਾਰੀ ਖੋਲ ਕੇ ਹਣ ਉਸ ਵਿੱਚੋਂ ਫੁੱਲ ਤੇ ਕੱਢਣਾ ਹਕਤਾ ਸਾਂ ਅਸੀਂ ਤੇ ਤੁਸੀਂ ਫਰਮੇਸ਼ ਉਹ ਪਟਾਰੀ ਖੋਲ ਕੇ ਉਸ ਇੱਕਾ ਤੂਕਾ ਕੋ ਨਾਗ ਲਿਖ ਲੈਣਾ ਉਹ ਦੋਨੋਂ ਉਹ ਜਿਜੂ ਨਾਗਾ ਦੀ ਸ਼ੁਰੂ ਕੀਤਾ ਤਾਂ ਪ੍ਰੋਗਰਾਮ ਬੜਾ ਸਾਹਿਬ ਗੱਲ ਇਹ ਜਿਹੜੀ ਫਰਮੇਸ਼ ਹੋਸੀ ਉਹ ਹੈ ਤੁਸੀਂ ਆ ਜਾਓ ਜੇ ਅੱਜ ਫੁੱਲ ਕੱਢੋ ਸਾਡੀ ਫਰਮਾਇਸ਼ ਤੇ ਤੇ ਅਸੀਂ ਫੁੱਲ ਕੱਢ ਦਾਂਗੇ ਸ਼ਾਜੀ ਫੁੱਲ ਕੱਢੋ ਅੱਜ ਸਾਰੀਆਂ ਗਲਾਂ ਨੇ ਹਾਂ ਤੁਸੀਂ ਪੁੱਛਿਆ ਸੀ ਉਹ ਸਾਰੀਆਂ ਗਲਾਂ ਜਿਹੜੇ ਅਸੀਂ ਗਲਾ ਕਰਦੀਆਂ ਹਾਂ ਹਾਂ ਉਹ ਤੇ ਆਈਆਂ ਵੀ ਹਜ਼ਾਰੇ ਕੋਹਤੇ ਨਜ਼ਾਰਾ ਫੁੱਲਾਂ ਦਾ ਖਾਰਾ ਨੀ ਤੇ ਰੰਗੋ ਰੰਗ ਫੁੱਲ ਨੇ ਇੱਥਾ ਫੁੱਲ ਗੁਲਾਬ ਨੇ ਇੱਥਾ ਚੰਬੇਲੀ ਹੈ ਇੱਥਾ ਮੋਤੀ ਹੈ ਇੱਥਾ ਜਿਹੜਾ ਐ ਸਦਬਰਗਾ ਹੈ ਯਤਾ ਰੰਗੋ ਰੰਗ ਫੁੱਲ ਨੇ ਸਾ ਜੀ ਔਰ ਜਿਸ ਤਰ੍ਹਾਂ ਦੇ ਫੁੱਲ ਨੇ ਉਸੇ ਤਰ੍ਹਾਂ ਦੇ ਲੋਕ ਵੀ ਨੇ ਉਹ ਗੱਲ ਤੇ ਅਸਾਂ ਜੀ ਸੋਹਣੇ ਲੋਕ ਵੀ ਮੌਜੂਦ ਨੇ ਜਿਸ ਤਰ੍ਹਾਂ ਦੇ ਫੁੱਲ ਨੇ ਇਸ ਤਰ੍ਹਾਂ ਦੇ ਇਲਾਕੇ ਫੁੱਲ ਵੀ ਹੈ ਜਿਹਨੇ ਖੁਸ਼ਬੂਆ ਵੀ ਹੈ ਨਾ ਫੁੱਲਾਂ ਦੀਆਂ ਚਾਰੋਂ ਤਰਫ ਜਿਹੜਾ ਉਹ ਫੁੱਲਾਂ ਦੀਆਂ ਖੁਸ਼ਬੂਆਂ ਵਕਰੀਦੀਆਂ ਤੇ ਹੁਣ ਤੁਸੀਂ ਐ ਇਸੇ ਹੀ ਕੋ ਫੁੱਲੇ ਤੋਂ ਕਢੋ ਤੇ ਖਾਰੀਆਂ ਕੋਲੋਂ ਕਿਹੜੇ ਲੈਸੋ ਲੋਕ ਖਾਰੋ ਬਸ ਬਸ ਜੀ ਤੁਸੀਂ ਸੁਣਾਖਿਆ ਤੇ ਅਸਾਂ ਸੁਣ ਇਹ ਕੋਲੇ ਜੀ ਤੇ ਅੱਜ ਮੈਂ ਤੁਸਾਂ ਕੋ ਸੁਣਸੋ ਤੇ ਆਪਸ ਤੇ ਆਕਿੰਸੋ ਕੇ ਸੁਣਾਣਾ ਜੀ ਸ਼ਾ ਜੀ ਕੇ ਦਸਤੇ ਤੂੰ ਜ਼ੋਰ ਭਰਾਵਾ ਹੌਣ ਨਹੀਂ ਤੋੜਾ ਦੌਰ ਭਰਾਵਾ ਵਾਹ ਜੀ ਕੇ ਦਸਤੇ ਤੂੰ ਜ਼ੋਰ ਭਰਾਵਾ ਹੌਣ ਨਹੀਂ ਤੋੜਾ ਦੌਰ ਭਰਾਵਾ ਜ਼ੋਰ ਭਰਾਵਾ ਹੂੰ ਵਾਹ ਜੀ ਹੌਣ ਕਸਾ ਤੂੰ ਕਾ ਨਹੀਂ ਪਾਣਾ ਹੂੰ ਹੌਣ ਕਸਾ ਤੂੰ ਕਾ ਨਹੀਂ ਪਾਣਾ ਥਾਈ ਦੇ ਕੁਝ ਹੋਰ ਬਰਾਵਾ ਵਾ ਵਾ ਜੀ ਵਾ ਵਾ ਇਸਾਈ ਤਾਂ ਤੂੰ ਕਸਾ ਕਾ ਨਹੀਂ ਬਣਾ ਹਣਾ ਹਾਂ ਹੁਣ ਕਸਾ ਤੂੰ ਕਾ ਨਹੀਂ ਪਾਣਾ ਥਾਈ ਦੇ ਕੁਝ ਹੋਰ ਪਰਾਵਾ ਜਿਹੜੇ ਕਾ ਨਾ ਪਾਣੇ ਦਾ ਮਤਲਬ ਹੀ ਲੋਕਾਂ ਨੂੰ ਪਤਾ ਨਹੀਂ ਅਜੇ ਘਰੇ ਜਾਤੋਂ ਕੋ ਨਹੀਂ ਮੈਂ ਗੋਵਰਾ ਦੇਵਸ ਨਾਲ ਚਾਹ ਤੇ ਤੇ ਮਤਲਬ ਕੀ ਗੱਲ ਤੁਸਾਂ ਡਾਕਟਰ ਸਾਹਿਬ ਕੀਤੀ ਤੁਸੀਂ ਇਸ ਪ੍ਰੋਗਰਾਮ ਵਿੱਚ ਇਹ ਹੈ ਕਿ ਅਸੀਂ ਇਹਨਾਂ ਕੋ ਦਿਆਂ ਉਹ ਗੱਲਾਂ ਉਹ ਮਾਵਰੇ ਉਹ ਜਿਹੜੇ ਇਹਨਾਂ ਅਲਫਾਜ਼ ਉਹ ਵੀ ਲੋਕਾਂ ਨੂੰ ਦੱਸਦੇ ਹਾਂ ਆਪਣੇ ਕਲਚਰ ਦੇ ਜਿਹੜੇ ਹੱਸ ਕਾ ਪਾਣਾ ਮਾਵਰੇ ਜੀ ਕਾ ਪਾਣੇ ਦਾ ਕੋਈ ਹੋਰ ਮਤਲਬ ਨਹੀਂ ਸੋ ਇਹਰਾ ਕੋ ਗਾਈਆਂ ਬਜੇ ਉਹਨਾਂ ਦਾ ਪਾਦੇ ਨਹੀਂ ਉਹਨਾਂ ਗਲਤੋਂ ਸਾਂ ਬੀਓ ਜੀ ਕੀਤੀ ਅਸਲ ਵਿੱਚ ਕਾ ਪਾਣਾ ਹੁੰਦਾ ਜੀ ਕਸਾ ਕਾ ਤੁਲੇ ਅਗੋਂ ਕਸਾ ਕਾ ਨਹੀਂ ਪਾਣਾ ਇਸ ਦਾ ਮਤਲਬ ਇਹ ਹੈ ਕਿ ਤੂੰ ਕੋਣ ਖਾਤਰ ਵੀ ਕੋਈ ਨਹੀਂ ਆਂਦਾ ਥੋੜਾ ਦੌਰ ਮੁੱਕ ਗਿਆ ਹਣ ਤੂੰ ਨਾ ਸੁਕਿਆ ਉਹ ਜ਼ੋਰ ਕਰ ਖਾਤਰ ਮੈਨਾਂ ਹਣ ਖਾਤਰ ਮੈਨਾਂ ਲਾਨਾ ਜੀ ਉਹ ਦੂ ਵਿਚਾਹਤੇ ਹੋ ਨਾ ਖਾਤਰ ਮੈਨਾਂ ਲਾਨਾ ਹਣ ਕਸਾ ਤੂੰ ਪੁੱਛਣਾ ਨਹੀਂ ਕਿਸ ਤੇਰੀ ਕੋਈ ਅਹਿਮੀਅਤ ਨਹੀਂ ਥੋੜੀ ਅਹਿਮੀਅਤ ਮੁੱਕੀ ਅਸਲ ਗੱਲ ਇਹ ਹੈ ਤੇ ਉਹ ਇਹ ਅਚਾਰ ਨਾਲ ਨਾਲ ਇਹ ਗੱਲ ਵੀ ਅਸੀਂ ਦੱਸਦੇ ਜੁਲਸਾ ਨਾ ਜੀ ਤੇ ਲੋਕਾਂ ਦੀ ਮਾਲੂਮਾਤ ਵਿੱਚ ਵੀ ਸਾਫ਼ ਆਉਂਦਾ ਜੁਲਸੀ ਦੀ ਉਹ ਪੁਰਾਣੀਆਂ ਜਿਹੜੀਆਂ ਗੱਲਾਂ ਹੀ ਆਂ ਕਿ ਐਂਗੋ ਦੇ ਜਿਹੜੇ ਉਹ ਮਾਵਰੇ ਆ ਸੇ ਮਤਲਬਾਂ ਸੀ ਆ ਮਤਲਬਾਂ ਸੀ ਲੋਕਾਂ ਦਾ ਪਤਾ ਲੱਗਦਾ ਜੁਲਸਾ ਨਾ ਜੀ ਹਾਂ ਤੇ ਉਸ ਨਾਲ ਨਾਲ ਇਹ ਚੀਜ਼ਾਂ ਉਹ ਤੁਸੀਂ ਪਹਿਲੇ ਪ੍ਰੋਗਰਾਮਾਂ 'ਚ ਦੱਸਿਆ ਸੀ ਨਾ ਜੀ ਤੁਸੀਂ ਕਮਾਲ ਹੈ ਬੀ ਸਾਹਿਬ ਜੀ ਕਿ ਤੁਸੀਂ ਦੀ ਜਿਹੜੀ ਸ਼ਾਇਰੀ ਹੈ ਇਹਦੇ ਪਰਿਧੀ ਉਹਨਾਂ ਅਲਫਾਜ਼ ਹਾਂ ਇਸ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿ ਜਾਂਦੀਆਂ ਅਗਰ ਤੁਸੀਂ ਇਹ ਪੂਰੀ ਜਿਹੜੀ ਕਿਤਾਬ ਹੈ ਨਾ ਜਿਹੜੀ ਸੀ ਇਹ ਕਦੇ ਸੁਣ ਕੇ ਰੋਣਾ ਸਾਰੇ ਲੋਕ ਤੇ ਬਸ ਬਸ ਯਕੀਨ ਇਹ ਨਾਲ ਸਾਰੀਆਂ ਗੋਦੇ ਸਾਰੇ ਬਿਲਕੁਲ ਆ ਜੁੱਲਦੀ ਉਹ ਪ੍ਰਾਣੀਆਂ ਗੱਜੀਆਂ ਪਹੁੰਚ ਉਸੇ ਉਹੀ ਬੰਨੇ ਉਹੀ ਡੋਗੀਆਂ ਉਹੀ ਜਿਹੜੇ ਅੰਕਲ ਸੀ ਉਹੀ ਚੀਜ਼ਾਂ ਨਜ਼ਰ ਆਸਨ ਨੇ ਹਾਂ ਤੇ ਅੱਛਾ ਸੁਣੋ ਡੋਗੀਆਂ ਡੋਗੀਆਂ ਦੇ ਬਸੇ ਜ਼ਿਆਦਾ ਨਾ ਲੋਕ ਹਾਂ ਕਮਿਆਂ ਹਣ ਕਸਾ ਤੁੱਕਾ ਨਹੀਂ ਪਾਣਾ ਹਾਂਜੀ ਥਾਈ ਦੇ ਕੁਝ ਹੋਰ ਭਰਾਵਾ ਹਾਂ ਕੀ ਰਜੇ ਦਿਨ ਲੋਕ ਥੋੜੇ ਸੀ ਕੀ ਰਜੇ ਦਿਨ ਕੀ ਰਜੇ ਦਿਨ ਲੋਕ ਥੋੜੇ ਸੀ ਹਾਂ ਇਸ ਦਾ ਕਰ ਤੂੰ ਗੌਰ ਭਰਾਵਾ ਰਜੇ ਦੇ ਲੋਗ ਰਜੇ ਦੇ ਇਹ ਵੀ ਮਾਵਰੇ ਤੋਂ ਤਾਂ ਕਿ ਅੱਕੇ ਲੋਗ ਰਜੇ ਦੇ ਗੌਰ ਕਰਕੇ ਕੀ ਤੋੜੀ ਸੀ ਰਜੇ ਤੁੜੀਆਂ ਖੋਈਆਂ ਜੀਆਂ ਅਸੀਂ ਹਾਂ ਤੁਹਾਡੇ ਕੰਮ ਆ ਗਿਆ ਹਾਂ ਮਾੜੀਆਂ ਖੋਈਆਂ ਮਾੜੀਆਂ ਖੋਈਆਂ ਅਸਲ ਗੱਲ ਮਾੜੀਆਂ ਖੋਈਆਂ ਮਾੜੀਆਂ ਖੋਈਆਂ ਮਾਰੇ ਦੇ ਲੋਗ ਰਜਗੇ ਨਹੀਂ ਹੋਣਾ ਮਦੇ ਨਾ ਕਹਿਣ ਸ਼ਹਿਜ਼ਾਦੀਆਂ ਖੋਈਆਂ ਤੁਹਾਨੂੰ ਜੀ ਕੰਮ ਕਰ ਹਾਂ ਜੀ ਕੀਤੀ ਹੈ ਪਰਚੋਲ ਅਸਾਂ ਸੁਣਾਂ ਕੀਤੀ ਹੈ ਕੀਤੀ ਹੈ ਪਰਚੋਲ ਅਸਾਂ ਸੁਣ ਅੰਦਰੋਂ ਤੂੰ ਐ ਚੋਰ ਬਰਾਵਾ ਵਾਹ ਜੀ ਵਾਹ ਵਾਹ ਹਾਂ ਕੀਤੀ ਹੈ ਪਰਚੋਲ ਦੇਖੋ ਨਾ ਪਰਚੋਲ ਚੋਲ ਦਾ ਮਤਲਬ ਹੈ ਕਿ ਛਾਂਣ ਫਲੋਰੀਆ ਛਾਂਣ ਵੀ ਨਾ ਸਾਰਾ ਕੁਝ ਰਿਸਰਚ ਪਰਚੋਲ ਮਤਲਬ ਰਿਸਰਚ ਹਾਂ ਅਸਾਂ ਸਾਰਾ ਕੁਝ ਕੀਤੇ ਅੰਦਰੋਂ ਤੂੰ ਚੋਰ ਸਾਬੋ ਦੇ ਕਿ ਆ ਤੂੰ ਚੋਰ ਬਰਾਵਾ ਅੰਦਰੋਂ ਚੋਰ ਹੈ ਕੀ ਕੀ ਹੈ ਪਰਚੋਲ ਅਸਾਂ ਸੁਣ ਅੰਦਰੋਂ ਤੂੰ ਐ ਚੋਰ ਬਰਾਵਾ ਤੂੰ 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 ਬੜੇ ਨੇ ਲੇਕਿਨ ਅੰਦਰੋਂ ਤੂੰ ਜੋਰ ਹੈ ਹਾਂ ਕੇ ਸੱਚ ਹੁਣ ਸਾਹਮਣੇ ਆਸੀ ਕਿ ਐ ਸੱਚ ਹੁਣ ਸਾਹਮਣੇ ਆਸੀ ਇਨਵੈਸਟਿਗੇਟ ਕਰ ਗਏ ਆ ਅਸੀਂ ਜਿਹੜੇ ਐ ਪ੍ਰੋਚੋਲ ਕਰ ਗਏ ਆ ਸਾਰਾ ਕੁਝ ਕਿ ਐ ਸੱਚ ਹੁਣ ਸਾਹਮਣੇ ਆਸੀ ਚੁੱਪੋ ਨਾ ਕਰ ਸ਼ੋਰ ਫਰਾਵਾ ਵਾਹ ਜੀ ਵਾਹ ਚੁੱਪੋ ਨਾ ਕਰ ਸ਼ੋਰ ਫਰਾਵਾ ਸ਼ੋਰ ਕਰਦੀ ਹੁਣ ਸਾਹਮਣੇ ਆ ਜਲਸੀ ਹੁਣ ਸਾਰੀਆਂ ਗੱਲਾਂ ਸਾਹਮਣੇ ਆ ਤੇ ਕੂੜ ਗਏ ਹਾਂ ਕੋਲਾ میدان ਆਸੂ ਬਿਲਕੁਲ ਬਿਲਕੁਲ ਮਾਲ ਜਿਹੜਾ ਤਦ ਲੁੱਟਿਆ ਆ ਸਾ ਵਾਹ ਮਾਲ ਜੜਾ ਤੂੰ ਲੁੱਟਿਆ ਸਾਬ ਇਦਰਾ ਕੋ ਖਸਕੌਰ ਭਰਾਵਾ ਵਾਹ ਜੀ ਵਾਹ ਹੁਣ ਮੋੜ ਗੋ ਮਾਲ ਜੜਾ ਤੂੰ ਲੁੱਟਿਆ ਸਾਬ ਇਦਰਾ ਕੋ ਇਦਰਾ ਕੋ ਖਸਕੌਰ ਭਰਾਵਾ ਖਸਕੌਰ ਦਾ ਮਤਲਬ ਇਹ ਹੋਣਾ ਨਹੀਂ ਖਸਕੌਰ ਖਸਕੌਰ ਨਾ ਆਤ ਨਹੀਂ ਇਦਰ ਵੀ ਪੈਜ ਇਦਰ ਟੋਰ ਸਮਝੋ ਨਾ ਇਧਰ ਟੁਰ ਹਾਂ ਖਸਕੋਰ ਨਾ ਇਹ ਖਸਕੋਰ ਹਾਂ ਤੂੰ ਦਾ ਆਪਣਾ ਜਿਹੜਾ ਹੈ ਮਾਲ ਜਿਹੜਾ ਲੁੱਟਿਆ ਹੈ ਹੀ ਹੁਣ ਖਸਕੋਰ ਮੋੜ ਕੇ ਖਜ਼ਾਨੇ ਵਿੱਚ ਪਾਓ ਖਦਾਦੇ ਨਿਕ ਬਤਾ ਸਾਰਾ ਗਾ ਕੇ ਬਹੁਤ ਜ਼ਬਰਦਸਤ ਖਸਕੋਰ ਹਾਂ ਤੇ ਹੁਣ ਅਗਾ ਸੁਣ ਇਹ ਲੋਕਾਂ ਬੋਲ ਕੇ ਹੁਣ ਖਸਕੋਰ ਹਾਂ ਇਧਰ ਕਰਨਾ ਮਾਲ ਇਧਰ ਵੀ ਕਰ ਹਾਂ ਇਧਰ ਹੋਲਿਆ ਲਿਆ ਮਾਲ ਇਧਰ ਵੀ ਕਰ ਇਧਰ ਵੀ ਗੱਲਿਆ ਗੱਲਿਆ ਇਹ ਗੱਲਾਂ ਚੰਗੀਆਂ ਤੇ ਨਹੀਂ ਇਹ ਗੱਲਾਂ ਚੰਗੀਆਂ ਹੀ ਨਹੀਂ ਹਾਂ ਜਿਓ ਜਿਓ ਦੇ ਕੇ ਸ਼ੀਸ਼ੇ ਵੇਚ ਆਪਾ ਕੋ ਦੇਖ ਕੇ ਦੇਖ ਕੇ ਸ਼ੀਸ਼ੇ ਵਿੱਚ ਆਪਾਂ ਕੋ ਅੱਖੀਆਂ ਨਾ ਚਮਕੌਰ ਭਰਾਵਾ ਵਾਹ ਜੀ ਵਾਹ ਅੱਖੀਆਂ ਚਮਕੁਰਦੇ ਵਾਹ ਜੀ ਦੇਖ ਹਾਂ ਦੇਖ ਸ਼ੀਸ਼ੇ ਵਿੱਚ ਆਪਾਂ ਕੋ ਦੇਖ ਕੇ ਸ਼ੀਸ਼ੇ ਵਿੱਚ ਆਪਾਂ ਕੋ ਅੱਖੀਆਂ ਨਾ ਚਮਕੌਰ ਭਰਾਵਾ ਅੱਖੀਆਂ ਚਮਕੁਰਦੇ ਅੱਖੀਆਂ ਚਮਕੁਰਦੇ ਉਸ ਕੋ ਆਪਣੀ ਅੱਖੀਆਂ ਵਿੱਚ ਚੋਰ ਨਜ਼ਰ ਆਂਦੇ ਨਾ ਜੀ ਹਾਂ ਜੀ ਹਾਂ ਫਿਰ ਬੰਦ ਕਿੱਥੋਂ ਅੱਖੀਆਂ ਲਾ ਆਪਾਂ ਨਾ ਲੱਖੀਆਂ ਨਹੀਂ ਲੱਗਦਾ ਬੱਦਬਖਰ ਹਾਂ ਮੈਂ ਉਸ ਕੋ ਨਜ਼ਰੋਂ ਚੋਰ ਹੈ ਮਾਲ ਲੁੱਟੇ ਦੇ ਉਸੇ ਤੇ ਸ਼ੀਸ਼ੇ ਵਿੱਚ ਦੇਖ ਆਪਾਂ ਨਾ ਲੱਖੀਆਂ ਨਹੀਂ ਲੱਗਦਾ ਚਮਕੁਰਦੇ ਸ਼ੀਸ਼ੇ ਵਿੱਚ ਤਨ ਨੇ ਹਾਂ ਉਹ ਜੀ ਜੀ ਬੋ ਜਾ ਨਜ਼ਰ ਹੀ ਕੋਈ ਦੀਆਂ ਚੋਰ ਨਜ਼ਰ ਆਸੀ ਹੋਰ ਕੇ ਜਾ ਕੇ ਜੂਟਿਆ ਸੋਈ ਹੋਸੀ ਹਾਂ ਸ਼ੀਸ਼ਾ ਪੇਜ ਲਾਜ਼ਮੀ ਆਣਦੇ ਹੋ ਜਿਹੜੀ ਗੱਲ ਹਾਂ ਸ਼ੀਸ਼ੇ ਦੀਆਂ ਤੇ ਗੱਲਾਂ ਆ ਨਾ ਜੀ 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 ਹਾਂ ਫਾਇਆ ਸਾਹਮਣੇ ਦੇਖ ਕੇ ਥਾ ਫਾਇਆ 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 ਸਮਝਿਓ ਨਾ ਆਉਂ ਜਿਹੜੇ ਕੌਂਗ ਸ਼ੌਕ ਪਕੜਨਾ ਜੋ ਗੋਥਾ ਜਿਹੜੇ ਲਾਂਦੇ ਹੁੰਦੇ ਸੇ ਜਾਲ ਨੇ ਜੂ ਛਲ ਜੀ ਛਲ ਜਿਸ ਕੋ ਆਤੈ ਨਾ ਉਹ ਫਸ ਚੁਦਾ ਫਾਇਆ ਹੁੰਦੀਆਂ ਨਾ ਉਹ ਪੈਰ ਫਸ ਚੁਦਾ ਤੇ ਭਾਈ ਉਸ ਕੋ ਵੀ ਆਤੈ ਫਾਂਸੀ ਦੇਣਾ ਕੋ ਵੀ ਭਾਈ ਆਤੈ ਨਾ ਟੰਗਣਾ ਦੀਆਂ ਕੈਦਾ ਕੋਲ ਜਲਕੋਤ ਕੜੀਆਂ ਕੋ ਵੀ ਫਾਈ ਆਤੈ ਫਾਈਆਂ ਸਾਹਮਣੇ ਦੇਖ ਕੇ ਥਾ ਪਲ ਜਲਸੀ ਤੂ ਟੋਰ ਭਰਾਵਾ ਮੋਚਾ ਕੜੇ ਦਾ ਫਿਰਦੇ ਹਣ ਆਗੇ ਕੰਜੇ ਵਿੱਚ ਆਗੇ ਨਾ ਹਾਂ ਟੋਰ ਪੁੱਲ ਜੀ ਹਾਂ ਸਾਜ ਦੇ ਹਾਂ ਸਾਜ ਜਗੀ ਦਾ ਪਿਸੇ ਦੋਸ ਆਪ ਟੋਰ ਦੇਖੀ ਨਾ ਥੋੜੀ ਟੋਰ ਪੁੱਲ ਜੀ ਸੀ ਹੁਣ ਇਹ ਫਾਇਆ ਭਰਾ ਤੇ ਭਰਾ ਤੇ ਮਾ ਲੱਗਦੇ ਗਿਆ ਇਹ ਭਰਾ ਗਿਆ ਨਾ ਤੇ ਗਿਆ ਜੀ ਇਹ ਭਰਾ ਗਿਆ ਜਿਹੜੀਆਂ ਗੱਲਾਂ ਭਰਾ ਉਹ ਤੁਸੀਂ ਵਿਆਹਤੇ ਹੋ ਤੇ ਭਰਾ ਤੇ ਗਿਆ ਉਹ ਤੇ ਭਰਾ ਉਹਦੇ ਕੰਮ ਹੈ ਜੇ ਐਸੇ ਨਾ ਹਾਂ ਕਰਤੂਤ ਤੇ ਕਰਤੂਤ ਤੇ ਜੇ ਐਸੇ ਕੰਮ ਹੈ ਜੇ ਆਪਣੇ ਹੀ ਟੈਟ ਪਰਦਾ ਰਹੇ ਆਪਣੇ ਕਰਤੂਤਾਂ ਦਾ ਆਪਣੇ ਕਰਤੂਤਾਂ ਦਾ ਮਾਰੇ ਦਾ ਬਿਲਕੁਲ ਬਿਲਕੁਲ ਜੀ ਸ਼ਾ ਜੀ ਫਿਰ ਉਸ ਕੋ ਜਿਸ ਇਥਾ ਤੱਕ ਪਹੁੰਚਦੇ ਨਾ ਜੀ ਫਿਰ ਉਸ ਕੋ ਮੈਂ ਆਤਾ ਤੂੰ ਤੇ ਸ਼ਰਮੋ ਤੋਤੇ ਦਾਏ ਹਾਂ ਹਾਂ ਸ਼ਰਮੋ ਤੋਤੇ ਦਾਏ ਵੀ ਮਾਰੇ ਤੁਰਦੱਕੋ ਸਗਲਾ ਦਾ ਸਰੀ ਕੋਈ ਜੜੇ ਕੋ ਹੋਵੇ ਠੀਕ ਉਹ ਜਹਾ ਆਦਮੀ ਬਿਸ਼ਰਮ ਹੋ ਜਲੇ ਨੇ ਜੀ ਉਸ ਤੋਂ ਕੇ ਆਦਮੀ ਉਸਕੋ ਤਾਣਾ ਮੈਂ ਤੂਤੇ ਸ਼ਰਮੋ ਤੋਤੇ ਦੇ ਹਾਂ ਤੂਤੇ ਸ਼ਰਮੋ ਤੋਤੇ ਦਾਏ ਕੇ ਆਖਾਂ ਮੈਂ ਹੋਰ ਭਰਾਵਾ ਵਾਹ ਜੀ ਵਾਹ ਇਸ ਤੋਂ ਅਗਾ ਤੇ ਹੱਦ ਹੈ ਨਾ ਹਾਂ ਤੇ ਗਾਲੇ ਭਰਾਵਾ ਨਾਲ ਸਾਂ ਬਚਾਈ ਆਪਣਾ ਤੇਰਾ ਤੇ ਗਏ ਉਹ ਵੀ ਰੇ ਜਲਾਲਾ ਸਾਹਿਬ ਜੀ ਕਿਹੜੇ ਪ੍ਰਾਵਾਦਾਂ ਤੇ ਜੀ ਓਏ ਪ੍ਰਾਗਰਾਮ ਇੰਨਾ ਹੱਥ ਤੇ ਹੁੰਦੇ ਕੁਝ ਪ੍ਰਾ ਤੇ ਉਸਤਾ ਕੁਝ ਗਲਤ ਕੰਮ ਕਰਦਾ ਹੋਵੇ ਤੂੰ ਨਾ ਤੁਮ ਜਾਣ ਪ੍ਰਾਵਾ ਗੱਲ ਸੋਹਣੇ ਦਰਾ ਹਾਂ ਪ੍ਰਾਵਾ ਗੱਲ ਸੋਹਣੇ ਇਹ ਗੱਲਾਂ ਚੰਗੀਆਂ ਨਹੀਂ ਇਹ ਜਿਹਨੇ ਕੰਮ ਤੂੰ ਕਰਦੇ ਚੰਗੇ ਨਹੀਂ ਕੱਲ ਆਪਾਂ ਕੋ ਵੀ ਤੂੰ ਬੇਇਜ਼ਤ ਕਰਸੀਂ ਤੇ ਅਸਾਂ ਕੋ ਵੀ ਬੇਇਜ਼ਤ ਕਰਸੀਂ ਹਾਂ ਉਸ ਤੇ ਆਪੇ ਠੀਕ ਕਰਕੇ ਹਾਂ ਠੀਕ ਕਰਕੇ ਇਹ ਪ੍ਰਾਵਾ ਉਸ ਸੈਂਸ ਵਿੱਚ ਜੀ ਗ੍ਰਾਮ ਵਿੱਚ ਤੁਸੀਂ ਤੁਸੀਂ ਵੀ ਆਪੇ ਸਾਰੇ ਹਾਂ ਤੁਸੀਂ ਵੀ ਗ੍ਰਾਂਦ ਹੋ ਮੈਂ ਵੀ ਗ੍ਰਾਂਦ ਹਾਂ ਸਮਝ ਦਿਓ ਨਾ ਪ੍ਰਾਵਾ ਹੁਣ ਕੀ ਆ ਮੈਂ ਨਾ ਨਾ ਠੀਕ ਹੈ ਸ਼ਾਹੀ ਸਮਝ ਠੀਕ ਅੱਗੇ ਜੀ ਅੱਗੇ ਜੋ ਚਾਸੀ ਹੁੰਡਾ ਡਾਡਾ ਕਰਸੀ ਜੋ ਚਾਸੀ ਹੁੰਡਾ ਡਾਡਾ ਹੁੰਡਾ ਡਾਡਾ ਕਰਸੀ ਜਿਸਦੇ ਹਾਥੇ ਡੋਰ ਭਰਾਵਾ ਜਿਸਦੇ ਹਾਥੇ ਡੋਰ ਭਰਾਵਾ ਜੋ ਚਾਸੀ ਹੁੰਡਾ ਡਾਡਾ ਕਰਸੀ ਜਿਸਦੇ ਹਾਥੇ ਜਿਸਦੇ ਹਾਥੇ ਡੋਰ ਭਰਾਵਾ ਡਾਡੇ ਦਾ 107 ਬੀਆ 720 ਸੋਨੀਆ ਤੋਂ ਹਾਂਜੀ ਵਾਹ ਡਾਡੇ ਦਾ 720 720 ਇਹ ਪੰਜਮੀਆਂ ਸੋਣ ਹੈ ਨਾ ਇਹ ਮੇਰੇ ਵੀ ਡਾਡੇ ਦਾ ਪੰਜਮੀਆਂ ਸੋਆ ਤੇ ਡਾਡੇ ਦਾ ਜਿਹੜਾ ਐਸਾ ਦਾੜੀ ਆ ਜਾਗਾ ਕੌਣ ਨਾਖੇ ਜੀ ਤੁਹਾਡਾ 720 ਨਹੀਂ ਹੁੰਦਾ ਡਾਡਾ ਜੀ ਹੋਇਆ ਡਾਡੇ ਕੀ ਚਰੀ ਪ੍ਰੀ ਹਾਂ ਡਾਡੇ ਦਾ ਕੌਣ ਚੀ ਸੂ ਸ਼ਾਂਗ ਕਰੇ ਖੁਦਾ ਦੇ ਨਾਮ ਡਾਡੇ ਦਾ ਸੋ 720 ਲਸੇ ਦਾ ਕੇ ਜ਼ੋਰ ਬਰਾਵਾ ਵਾਹ ਜੀ ਵਾਹ ਲਸੇ ਦਾ ਕੇ ਜ਼ੋਰ ਡਾਡੇ ਉਹ 720 ਕਿ 820 ਵੀ 820 ਵੀ ਕਰੇ ਤੇ ਲਸਾ ਅਸੀਂ ਠੀਕ ਹੈ ਸਾਡੀ ਠੀਕ ਹੈ ਜੀ ਬਸ ਇਹੀ ਕਰ ਉਹ ਨਾ ਕਰ ਰਕਤ ਉਹ ਨਾ ਜੀ ਤੋਬਾ ਸਤਫਾਰੀ ਨਾ ਕਰਦੀ ਜੋ ਰਹਿ ਸੀ ਕੋ ਡਾਡੇ ਦੇ ਹੱਥ ਡੋ ਕੁਰਜੀ ਕਿਦੋਂ ਰੇਤੀ ਕਿਤਾ ਇੱਕ ਗੱਲ ਹੈ ਬਾਤਾਂ ਨੇ ਬਾਤਾਂ ਤੇ ਹੁੰਦੇ ਟਰੱਕਾਂ ਪਿਛੇ ਲਿਖੇ ਹੁੰਦੇ ਜੀ ਨੌਕਰ ਕੇ ਤੇ ਨਖਰਾ ਕੇ ਹਾਂ ਨੌਕਰ ਕੇ ਮਾੜਾ ਕੇ ਤੇ ਗਲਾਂ ਕੇ ਆਹ ਤੇ ਜੇ ਸਾਡੀ ਗੱਲ ਹੋ ਜਾਲੀ ਅੱਲਾ ਕਿਸੇ ਲਿਸੇ ਜਾ ਰਹੀ ਜੀ ਬਿਲਕੁਲ ਲਿਸੇ ਦਾ ਕੇ ਜ਼ੋਰ ਬਰਾਵਾ ਡਾਢੇ ਦਾ 170 ਬੀ ਹਾਂ ਬਿਲਕੁਲ ਜੀ ਅੱਛਾ ਕਦੇ ਐਕ ਜੇ ਹੋਣੀ ਆਕਤੇ

ਬਾਜਤ ਦੀ ਕਾਟਨੀ ਹੋ ਗਲਤ ਹੀ ਹੁੰਦੀ ਹੈ ਸੋਤ ਜਿਹੜੀ ਹੈ ਜੀ ਸ਼ਾਇਰੀ ਜਿਹੜੀ ਹੈ ਸੋਤ ਜੀ ਇਹਦੇ ਕ੍ਰਾਈਟੇਰੀਆ ਟਿਵੀ ਨੈਟਵਰਕ ਹੈ ਸ਼ਾਹ ਜੀ ਜਿਸ ਦੇ ਤੁਸਾਂ ਜੀ ਇਹਨਾਂ ਗੱਲਾਂ ਵੀ ਸਾਹਮਣੇ ਆਂਦੇ ਆ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਕ੍ਰਾਈਟੇਰੀਆ ਟਿਵੀ ਨੈਟਵਰਕ ਦਾ ਖਾਸ ਤੌਰ ਤੇ ਇਸ ਪ੍ਰੋਗਰਾਮ ਦਾ ਤੁਸਾਂ ਵੀ ਕਿ ਤੁਸਾਂ ਸੁਣੇ ਮੌਕਾ ਦਿੰਦੇ ਹੋ ਅਸਲ ਵੀ ਗੱਲ ਹੈ ਜੀ ਮਨੇ ਨਜ਼ਦੀਕ ਖਿਆਲ ਫਿਰਦੇ ਰਹਿੰਦੇ ਨੇ ਉਹ ਨਾ ਸ਼ਾਹ ਜੀ ਬਰਾਵਾ ਉਹ ਤੁੰਗ ਰਹਿੰਦੇ ਨੇ ਦਿਮਾਗ ਇਸ ਵਿੱਚ ਅਸ਼ਾ ਜੀ ਬਰਾਵਾ ਗੱਲ ਹੈ ਜੀ ਤੁਸਾਂ ਜੀ ਗੱਲਾਂ ਕਰ ਸਕਦੇ ਹੋ ਔਰ ਕਿਸ ਦੀਆਂ ਕਰਸਾਂ ਸ਼ਾਹ ਜੀ ਹਲੇ ਇੱਜ਼ਤ ਦੇਵੇ ਜੀ ਬੋਲਾ ਖ ਨਵੇਂ ਲਾਂਝੇ ਨਵੇਂ ਲਾਂਝੇ ਨਵੇਂ ਲੈਖੇ ਹੁਣ ਨਵਾਂ ਦੌਰ ਭਰਾਵਾ ਹੁਣ ਨਵੀਆਂ ਗੱਲਾਂ ਨਹੀਂ ਚਲਦੀਆਂ ਨਵੇਂ ਲੈਖੇ ਨਵੇਂ ਲਾਂਝੇ ਹੁਣ ਨਵਾਂ ਦੌਰ ਭਰਾਵਾ ਔਰ ਸ਼ਾਹੀ ਜੀ ਵੀ ਇਹ ਗੱਲ ਕਰਦਾ ਏ ਸ਼ਾਹੀ ਜੀ ਵੀ ਇਹ ਗੱਲ ਕਰਦਾ ਏ ਅਸੀਂ ਔਰ ਤੂੰ ਹੋਰ ਬਰਾਵਾ ਤੂੰ ਹੋਰ ਬਰਾਵਾ ਤੂੰ ਚੋ ਰਹੇ ਤਦੋ ਲੁੱਟੇ ਦੇ ਤੂੰ ਮਾਲ ਆਪਣਾ ਉਹਦੇ ਛਿਗੇ ਦੇ ਤੇ ਤੂੰ ਅਸਾਂ ਘਾਪਾ ਨਾਲੋ ਤੇ ਤੂੰ ਸਮਝਦੇ ਬਗਲੇ ਕਾਗ ਮੋਰ ਇੱਕ ਜੀ ਨਾ ਇਹਦੀ ਹੋ ਜਾਂਦੀ ਸਾਜੀ ਜੀ ਦੀ ਵੀ ਇਹ ਗੱਲ ਹੈ ਲੇਕਿਨ ਸਾਜੀ ਗੱਲ ਆਖਰ ਵਿੱਚ ਸਵਾਗੀ ਤੀ ਯਾਰਾ ਨਵਾਂ ਦੌਰ ਹੈ ਹਾਂ ਇਹ ਤੇ ਨਵਾਂ ਦੌਰ ਹੈ ਜੀ ਨਵਾਂ ਦੌਰ ਨਵਾਂ ਤੇ ਹੁਣ ਉਹ ਗੱਲ ਨਹੀਂ ਉਹ ਲਿਖੇ ਨਹੀਂ ਹਾਂ ਤੇ ਬਸ ਉਹ ਨਵੇਂ ਦੌਰ ਦੀ ਗੱਲ ਹੈ ਨਾ ਜੀ ਤੇ ਨਵੇਂ ਦੌਰਾਂ ਵਿੱਚ ਹੁੰਦੇ ਨਵਾਂ ਵੇਲਾ ਨਵੇਂ ਲੇਖੇ ਨਵੇਂ ਲਾਂਝੇ ਦੀ ਦੁਨੀਆਂ ਦੇ ਦੁਈ ਜਹੀ ਮੈਂ ਤਾਂ ਨਵਾਂ ਵੇਲਾ ਨਵੇਂ ਲੇਖੇ ਨਵੇਂ ਲਾਂਝੇ ਦੀ ਦੁਨੀਆ ਦੇ ਮੈਂ ਬੇਚੇ ਗਰੂ ਪੁਰਾਣੀ ਆ ਤੂੰ ਕੀ ਪੁੱਛਦੇ ਮਿਕਿਆ ਆ ਵਾਜੀਵਾ ਜ਼ਬਰਦਸਤ ਹੀ ਜ਼ਬਰਦਸਤ ਮੇ ਬੇਟੇ ਗਰੂ ਪੁਰਾਣੀ ਆ ਇਹ ਪੁਛਤੇ ਮੇ ਗਿਆ ਪੁਰਾਣੀ ਰੂਹ ਆਈ ਵੀ ਆ ਤੇ ਯਾਰ ਪੁਰਾਣੀ ਬੁੱਢੀ ਆ ਇਹ ਆ ਪੁਰਾਣੀ ਮੁੰਡੀਆਂ ਇਹ ਪੁਰਾਣੀ ਪੁਰਾਣੀ ਪ੍ਰਾਈਮ ਮੁੰਡੀ ਤੇ ਆ ਕਿ ਤੂੰ ਪੁਰਾਣੀ ਮੁੰਡੀ ਡਾਕਟਰ ਸਾਹਿਬ ਪਤਾ ਪੁਰਾਣੀ ਮੁੰਡੀ ਕਿਸ ਕੋਹਾ ਤੇ ਹਾਂ ਕਿਸ ਆ ਤੇ ਉਹ ਪੁਰਾਣੇ ਅਗਰੇਦ ਹੋਵੇ ਨਾ ਜੀ ਜਿਹੜਾ ਹਾਂ ਇਕਾ ਤੁਕਾ ਜਿਹੜੇ ਰੇਦ ਹੋਇਆ ਉਹ ਗਲਤ ਤੁਹਾਨੂੰ ਦੱਸਾਂ ਅਸੀਂ ਅਸੀਂ ਉਹ ਤਜਰਬੇ ਦੀਆਂ ਗੱਲਾਂ ਜੀ ਇਹ ਉਹ ਅਸਤੇ ਅਗਮਾਮੂ ਐਸੇ ਨਾ ਵਕੀਲ ਨੇ ਹਾਂ ਉਹ ਅਸਤੇ ਆ ਪੁਰਾਣੇ ਸੀਨੀਅਰ ਵਕੀਲ ਸਾਰੇ ਮੁਰਗੇ ਮਰਗੇ ਨਾ ਤੇ ਇੱਕ ਬੜੇ ਮਸ਼ਹੂਰ ਵਕੀਲ ਨੇ ਨਾਨਾ ਕੇ ਅੰ ਉਹ ਕਿਤੇ ਡੇੜੇ ਬੈਠੇ ਬਾਰੂਂ ਦੇ ਗੱਲਾਂ ਕਰਦੇ ਨੇ ਤੇ ਉਹ ਮਾਮਾ ਮੜਿਆ ਹਤਿੰਜੀ ਉਹ ਤੁਸੀਂ ਮੁੱਤ ਪ੍ਰਾਣੀ ਮੁੰਡੀ ਹੋ ਜੀ ਤੇ ਉਸ ਤੇ ਨਾਲਾ ਭੂਟਾ ਵੀ ਨਹੀਂ ਰਿਹਾ ਤੇ ਤੁਸੀਂ ਉਹਨਾਂ ਨਾਲ ਤੇ ਉਹ ਪ੍ਰਾਣੀ ਮੁੰਡੀ ਹੋ ਜੀ ਤੇ ਜਿਸ ਤੇ ਨਾਲਾ ਤਾਂ ਕੁਝ ਵੀ ਨਹੀਂ ਰਿਹਾ ਭੂਟਾ ਵੀ ਨਹੀਂ ਹੁਣ ਮੁੰਡੀ ਰਹਿ ਗਈ ਉਸ ਅੱਛਾ ਜੀ ਸ਼ਾਹ ਜੀ ਬੜੀ ਜ਼ਬਰਦਸਤ ਸੀ ਯਕੀਨ ਕਰੋ ਕਿ ਪ੍ਰਾਵਾਲੀ ਬੜੀਆ ਲ ਜ਼ਬਰਦਸਤ ਸੁਸਾਇ ਫੁੜਾਈ ਤੇ ਪ੍ਰਾਜਣਾ ਜਿਸ ਨਾਲ ਪਿੱਛੇ ਸੁਹਾਇ ਗਰਾਈਆਂ ਪ੍ਰਾਵਾ ਇਹ ਗੱਲ ਏ ਕੀ ਐ ਸੰਗਿਆ ਸੰਗਿਆ ਪ੍ਰਾਵਾ ਗਰਾਈਆਂ ਲਾਲਾ ਭਾਜੀ ਲਾਲਾ ਭਾਜੀ ਪਾਲਾ ਤੁਸੀਂ ਯਾ ਕੇ ਸਮਝਾ ਗਦੇ ਆ ਇਹ ਗੱਲ ਹੀ ਸੰਗਿਆ ਤੇ ਇਹ ਕੰਮ ਅੱਛੇ ਕੰਮ ਹੋਸੋ ਨੇ ਤੇ ਅੱਛਾ ਅੰਚੀ ਗਾਣਾ ਹੋਸੋ ਤੇ ਅੱਛੇ ਅੰਚੀ ਚੀਜ਼ਾਂ ਸਾਹਮਣੇ ਆਸੋ ਤੇ ਜਿਹੜੀਆਂ ਗਰਾਂ ਠੀਕ ਨਹੀਂ ਉਹਨਾਂ ਛੋੜੋ ਪਿਆਰ ਮੁਹੱਬਤ ਚੜਾ ਐ ਰਜੀ ਔਰ ਅਛਾਈ ਜਿਹੜੀ ਐ ਸਾਂ ਫਰੋਗ ਮਿਲੇ ਇਹ ਗਾਣਾ ਸ਼ਾਹੀ ਜੀ ਆਪਣੀ ਜਿਸ ਵਿੱਚ ਬਿਹਤਰੀਨ ਕੀਤਿਆਂ ਹੁਣ ਅਸਲ ਗੱਲ ਇਹ ਵੇ ਕਿ ਇਹ ਖਬਰ ਤੇ ਅਜੀਬ ਜੀ ਅੱਜ ਮੈਂ ਟੀਵੀ ਦੇਖਣਾ ਤੇ ਸੁਣੀ ਇਹ ਤਾਂ ਮੈਂ ਬੜੀ ਅਜੀਬ ਜਿਹੀ ਬਹੁਤ ਪਰੇਸ਼ਾਨ ਹੋ ਗਿਆ ਮੈਂ ਨਹੀਂ ਕੀ ਖਬਰ ਨੇ ਜੀ ਅਜੀਬ ਜੀ ਅਜੀਬ ਜੀ ਗੱਲ ਇਹ ਕਿ ਇੱਕੋ ਚਿੜੀਆ ਘਰ ਬਣਦਾ ਹੈ ਤੇ اسلامਬਾਦ ਵਿੱਚ ਅੱਛਾ ਹਾਂ ਆਇਆ ਥਾ ਨਾ ਉੱਥੇ ਬੜਾ ਅਜੀਬ ਵਾਕਿਆ ਹੋ ਗਿਆ ਜੀ ਅੱਜ ਕੀ ਹੋ ਗਿਆ ਬੇਤੇ ਹਾਲਾਂਕਿ ਵਾਕਿਆਤ ਹੋਦੇ ਰਹੇ ਨੇ ਹਾਂ ਹਾਂ ਪਾਕਿਸਤਾਨ ਵਿੱਚ ਕਈ ਜਗ੍ਹਾ ਵਾਕਿਆਤ ਹੋਦੇ ਰਹੇ ਸੀ ਨਾ ਪਰੇਸ਼ਾਨ ਹੋਦੇ ਯਾਰ ਕਿ ਚਲੋ ਵਾਕਿਆ ਕੋਈ ਹੋ ਗਿਆ ਅੱਜ ਇਹ ਜੋ ਵਾਕਿਆ ਹੋ ਗਿਆ ਕਿ ਜਿਸ ਮੇਹਤ ਆਪਣੇ ਕਿਊਟ ਕੀ ਘਰ ਰਹੇ ਹਾਂ ਅੱਛਾ ਓਕੇ ਗੱਲ ਹੋ ਗਈ ਐ ਡਾਕਟਰ ਜੀ ਬਾਰੇ ਉਹ ਚੱਕਰ ਹੋਇਆ ਹੈ ਕਿ ਉੱਥੇ ਜਾਨਵਰਾਂ ਦੀ ਜਿਹੜੀ ਖੁਰਾਕ ਹੈ ਹਾਂ ਜਾਨਵਰਾਂ ਦੇ ਖਾਣੇ ਦੀ ਜਿਹੜੀ ਖੁਰਾਕ ਆਦੀ ਜੀ ਜਾਨਵਰਾਂ ਦੀ ਆਪਣੀ ਖੁਰਾਕ ਹੁੰਦੀ ਹੈ ਬੁਧਰੇ ਕਿਸਮ ਦੀ ਚੀਜ਼ ਹੈ ਉਹ ਚੋਰੀ ਹੋ ਗਈ ਉਸਾਂ ਦੀ ਉਹ 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 ਕਿਸੇ ਛੁਬਾ ਘੜੀ ਹੁਣ ਮੇਰੇ ਰਹਿਣਾ ਕਿ ਉਸ ਖੁਰਾਕ ਨਾਲ ਕਿਸੇ ਦਾ ਕੀ ਕੰਮ ਹੈ ਜਾਂ ਜਨਵਰਾਂ ਦੀ ਖੁਰਾਕ ਲੋਕ ਖਾਦੇ ਨੇ ਉਹ ਕੀ ਕਰੇ ਗਏ ਜੀ ਤੁਸੀਂ ਤਾਂ ਗੇਹਾਂ ਦੇ ਚਾਹੀਏ ਇਸ ਬਾਰੇ ਉਹ ਤਾਂ ਜਨਵਰ ਤੁਸੀਂ ਦੇਖਿਆ ਕਿਹੜੇ ਕਿਹੜੇ ਜਨਵਰ ਜੋ ਤੇ ਹਾਥੀ ਵੀ ਹੈ ਸਾਰੇ ਸਾਰੇ ਚਲੋ ਹਾਥੀਆਂ ਦੇ ਤੇ ਅਸੀਂ ਆ ਤੇ ਹਾਥੀ ਖੁਰਾਕਾ ਕੁਝ ਕੇ ਕਰ ਸੀ ਹਾਂ ਉਹ ਸ਼ੇਰ ਖਾਂਦੇ ਗੋਸ਼ਤ ਨਾ ਮਾਸ ਖਾਂਦਾ ਸ਼ੇਰ ਨਾ ਨਾ ਹੋਰ ਇਸ ਤੋਂ ਨਾ ਉਹ ਸ਼ੇਰ ਜਿਹੜਾ ਹੈ ਖਾਂਦੇ ਇਹ ਤੇ ਉਹ ਤਾਂ ਉਹ ਬੁਝੇ ਸ਼ੂ ਜਿਹੜੇ ਤੈਨੂੰ ਖਾਣਨ ਕਹਿ ਲੈ ਉਕੇਲੇ ਸ਼ੇਰ ਜੀ ਇਹ ਚੀਜ਼ਾਂ ਜਿਹੜੀਆਂ ਉਹ ਸ਼ਾਹ ਜੀ ਉਹ ਲੋ ਦੋ ਕੇਲੇ ਸ਼ੇਰ ਲਗਾ ਤੋ ਉਹ ਹੋ ਗਿਆ ਖੁਦਾ ਦੇ ਬੰਦੋ ਖੁਦਾ ਦੇ ਉਹਨੇ ਇੱਕ ਵਾਰ ਤੋ ਇਹ ਤਾਂ ਨਹੀਂ ਛੋੜ ਦੇ ਖੁਦਾ ਦੇ ਉਹਨੇ ਇੱਕ ਵਾਰ ਤੋ ਕੋਈ ਚੀਜ਼ ਥਾਵੇ ਤੇ ਫਿਰ ਖਾਣੇ ਨੇ ਜੀ ਉਹ ਗੱਲਾਂ ਸਹੀ ਹੋਣ ਹੋਣ ਹਸਤੇ ਮੁਲਕਾ ਵਿੱਚ ਸ਼ਾਹ ਜੀ ਤੁਸੀਂ ਆਪ ਆਖਿਆ ਨਵੀਆਂ ਗੱਲਾਂ ਆ ਗਿਆ ਹਾਂ ਨਵੀਆਂ ਗੱਲਾਂ ਆ ਗਿਆ ਹੁਣ ਸਾਇੰਟਿਫਿਕ ਨਵੀਆਂ ਖੁਰਾਕਾਂ ਆਂਦੀਆਂ बरो अच्छा ओ थैले आदे भरे भरे अच्छा, अच्छा अच्छा ओ जिना बेच के आते होने ना हजी ना फूड आते ने फूड आते नो न्यूट्रिशनल वैल्यू न्यूट्रिशनल वैल्यू जिना दी देखो जी अच्छा ਉਹ بڑے بڑے ਟਰੱਕ ਆਣੇ ਫੂਡ ਦੇ ਪਰੇ ਦੇ ਉਹ ਆਣ ਕੇ ਸਟੋਰ ਕਰਦੇ ਫਿਰ ਉਹ ਨਾਲ ਨਾਲ ਜਿਹੜਾ ਉਹਨਾਂ ਫੂਡ ਦੇ ਜਿਹੜਾ ਉਹ ਬੜੇ ਮਹਿੰਗੇ ਹੁੰਦੇ ਨੇ ਤੇ ਹੁਣ ਉਹ ਫੂਡ ਬਸ ਕਿਹ ਪਤਾ ਕਿਸੇ ਖਾਦਾ ਹੋਵੇ ਸੁਣਾਛਾ ਲੱਗੇ ਹੋਵੇ ਨਾ ਇਸ ਵਾਰ ਜਰਾ ਚਾਹ ਉਹ ਤੇ ਬੜੀ ਕਿਉਂ ਬੜਾ ਸਾਥ ਹੋਦਾ ਉਸ ਦਾ ਹਾਂ ਨਾ ਇਸ ਤੇ ਦੋਗਲ ਨਹੀਂ ਉਹ ਜਨਵਰ ਬੜੇ ਸ਼ੌਕ ਨਾਲ ਖਾਂਦੇ ਨੇ ਉਹ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇਹ ਜਿਹੜਾ ਬਾਹਰ ਦੇ ਮੁਲਕਾਂ ਵਿੱਚ ਇਹ ਫੂਡ ਹੁੰਦਾ ਨਾ ਜਨਵਰਾਂ ਸ਼ਾਨਵਾਰਾਂ ਦਾ ਉਸੋ ਤਾਂ ਹੁਣ ਜ਼ਬਾਨ ਕੋਈ ਲਿਖੀ ਦੀ ਹੋਵੇ ਜਿਹੜੀ ਤੂੰ ਸੰਗ ਨਹੀਂ ਸਮਝ ਆਂਦੀ ਉਹ ਤੇ ਪੈਕਿੰਗ ਹੁੰਦੀ ਬੁੱਤਸੋਣੀ ਹੁੰਦੀ ਹੈ ਮੜੀ ਬਿੱਲੀ ਆ ਸੀ ਮੈਂ ਉਸ ਚੋਂ ਗਾਣਦਾ ਹੁੰਦਾ ਅਸਾਂ ਹਾਂ ਉੱਥੇ ਲਫਾ ਬੜੇ ਮਜ਼ੇਦ ਆ ਉਹਨਾਂ ਪੈਕਿੰਗ ਇਤਨੀ ਸੋਹਣੀ ਆ ਮਿਆਉ ਉਹ ਬਿੱਲੀ ਕੋ ਤੇ ਉਹ ਆਮ ਆਦਮੀ ਕੁਝ ਕਹਿੰਨਾ ਤੇ ਉਹ ਇਹੀ ਸਮਝੀ ਕਿ ਕੁਝ ਨਵੀਂ ਕਿਸਮਾਂ ਦੇ ਪਾਪੋੜੇ ਹਨ ਤੋ ਇਹ ਦੀ ਸ਼ੈ ਉਹ ਸੁਣ ਦੇ ਔਰ ਇਤਨਾ ਸੋਹਣਾ ਹੁੰਦਾ ਹੈ ਜ਼ਾਇਕੇ ਖਾਦੀ ਮੀਨੀ ਇੱਥੇ ਸਿੱਖਿਆ ਹੋਵੇ ਤੇ ਹੋਰ ਗੱਲ ਲੱਕਰੇ ਗਲਤੀ ਨਾ ਹੋਵੇ ਤੇਰੀ ਭਾਇਆ ਮੈਂ ਤੁਹਾਨੂੰ ਦੱਸਦਾ ਤੁਸੀਂ ਆਹ ਪੜ੍ਹਦੇ ਹੋ ਉਸ ਵਿੱਚ ਵਿਟਮਨ ਹੁੰਦੇ ਨੇ ਉਸ ਤੋਂ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਹਾਂ ਜੀ ਉਸ ਉੱਤੇ ਇੱਕ ਵੈਗਨ ਚੱਲਿਆ ਉਸ ਉੱਤੇ ਜਾਪਾਨੀ ਦੀ ਜ਼ਬਾਨਾ ਵਿੱਚ ਜਾਪਾਨੀ ਜ਼ਬਾਨਾ ਵਿੱਚ ਲਿਖਿਆ ਤਾਂ ਕੋਈ ਨਾ ਹਾਂ ਤੇ ਉਹ ਲਿਖਿਆ ਤਾਂ ਹੋਵੇ ਕਿ ਨਿੱਦਰ ਚੱਲਿਆ ਤੇ ਪਤਾ ਕਸਾ ਨਾ ਉਹ ਜਣਾ ਬੜਾ ਅਕੜੇ ਦਾ ਜਸਤੀ ਵੈਗਨ ਹੋਵੇ ਨਾ ਕਿ ਜਾਪਾਨੀ ਵੈਗਨ ਹੈ ਮਰੇ ਕੋਲ ਉਹ ਵੈਗਨ ਜਿਹੜੀ ਆ ਸੀ ਉਹ تھا ਕੁੱਤਿਆਂ ਕੋ ਤੋਲਣਾ ਖੜਨ ਵਾਲੇ ਇਸ ਵਿੱਚ ਕੁੱਤੇ ਨੂੰ ਉਸਤਾ ਲਿਖਿਆ ਦਾ ਜਪਾਨੀ ਜ਼ਬਾਨਾ ਵਿੱਚ ਆਸਾ ਕਿ ਇਸ ਵਿੱਚ ਅਸੀਂ ਕੁੱਤਿਆਂ ਕੋ ਖੜਦੇ ਹਾਂ ਫਲਾਣੇ ਠਾਏ ਨਾ ਤੇ ਉਹਨਾਂ ਸੁਖਬਤੀ ਨਾ ਕਿ ਵਿਚ ਉਹਨਾਂ ਬੈਠੇ ਦੇ ਬੰਦੇ ਉਹ ਜਪਾਨੀ ਅਕਸਾ ਦੇਖਿਆ ਉਹ ਦੱਸਦਾ ਕਿ ਕੁੱਤੇ ਕਿਥੇ ਹਾਂ ਤੇ ਇਹ ਯਾਰ ਇਸ ਘਰਾ ਕਾ ਦੋਸੀ ਉੱਤੇ ਚੀਨੀ ਜਪਾਨੀ ਲਿਖੀ ਦਿਓ ਸੁਣਾਇਆ ਪਾਪੜ ਜਾਂ ਕੁਝ ਹੈ ਕਿਪਾ ਉਹ ਗੱਟਿਆ ਦਿਓ ਨਾ ਇਹ ਸਮਝਾਓ ਯਾਰਾ ਬਸ ਗਰਸੜੋ ਚਾਜੀ ਉਹ ਲਿਖਦਾ ਇੱਕ ਹੋਰ ਗਰਸੜੇ ਬਸ ਲੋਕੇ ਜੀ ਵਿਆਹ ਦੇ ਚਨਾ ਉਹਦਾ ਨੁਕਤਾ ਤੋਂ ਬਸ ਲੋਕੇ ਜੀ ਵਿਆਹ ਦੇ ਚਨਾ ਸਮਝੋ ਯਾਰਾ ਕੰਪਲਾਨੇ ਦੁੱਧੇ ਪਾ ਗਏ ਇਹ ਵੀ ਆਗ ਤੇ ਨਾ ਇਹ ਕੰਪਲਾਨ ਨਹੀਂ ਉਹਦਾ ਹਾਂ ਬਸ ਸਮਝੇ ਕੰਪਲਾਨੇ ਚਮਚਾ ਨਾਲੇ ਦੁੱਧੇ ਪਾ ਗਏ ਦੁੱਧੇ ਪਾ ਗਏ ਇਸ ਕਰਕੇ ਕੀ ਪਤਾ ਖੜੇ ਹੋਏ ਉਹ ਇਹ ਜ਼ਿਲਜ਼ਲਾ ਆਇਆ ਨਾ ਜ਼ਲਜ਼ਲੇ ਵਿੱਚ ਮੱਚ ਜੀਓ ਆਜ ਦੀਆਂ ਅਸੀਂ ਤੇ ਉਹ ਤਾਂ ਉਹਨਾਂ ਨੂੰ ਮੁxtਲਫ ਚੀਜ਼ਾਂ ਦਿੱਤੀਆਂ ਕੋਈ ਕਥਾ ਦੀਆਂ ਬਣੀ ਨਹੀਂ ਕੋਈ ਯਕੀਨ ਕਰ ਸੋ ਉਹਨਾਂ ਕੋ ਪਤੀ ਨੇ ਇਹ ਚੀਜ਼ਾਂ ਕਿਆਂ ਉਹ ਜਿਹੜੀਆਂ ਚੀਜ਼ਾਂ ਅਸੀਂ ਆ ਖਾਣਾ ਨੀਆਂ ਉਹਨਾਂ ਕੋ ਹੋਰ ਕੀ ਦਿੱਤਾ ਫਿਰ ਇਹ ਮਿਨਰਲ ਵਾਟਰ ਦਿੱਤਾ ਮੈਂ ਤੁਹਾਨੂੰ ਦੱਸਦਾ ਤੇ ਆਪਣੇ ਗRAND ਨਾਲ ਅਸੀਂ ਆਇਆ ਅਸੀਂ ਜ਼ਲਜ਼ਲੇ ਵਿੱਚ ਕੰਮ ਕਰਦੇ ਰਹੇ ਹਾਂ ਉਥਾਂ ਮਿਨਰਲ ਵਾਟਰ ਦੀਆਂ ਬੋਤਲਾਂ ਦੇ ਨਾ ਜੀ ਤੇ ਉਹਨਾਂ ਸੁਣ ਉੱਥੇ ਉਹਨਾਂ ਸਾਹਮਣੇ ਖੋਲ ਕੇ ਪਾਣੀ ਆਈ ਡੋਲ ਦੇ ਇੱਕ ਕਿਉਂ ਜੀ ਪਾਣੀ ਸਾਰਾ ਡੋਲ ਕੇ ਪਾਣੀ ਉਸ ਤੇ ਟਾਈਮ ਹੋ ਚੇ ਬੋਤਲਾਂ ਸੋ ਗੁਲਦੀ ਵਾਹ ਜੀ ਵਾਹ ਇਨਾ ਵੀ ਪਾਣੀ ਪਾਸ ਹੁੰਦਾ ਹਲਾਉਣਾ ਹੁਣ ਇਹਨਾਂ ਕੋ ਦੇਣਾ ਹਾਂ ਤੇ ਇਹ ਜੀ ਹੋ ਸੀ ਉਹ ਯਾ ਖੁਰਾਕ ਆਲਾ ਜਾਂ ਫਿਰ ਜਾਂ ਫਿਰ ਉਤਾ ਤਲਾ ਕਰਦੇ ਉਥੇ ਸੁਣਿਆ ਕਿ ਕੁਝ ਜਨਵਰਨ ਵਰ ਮਾਰ ਵੀ ਛੋੜਿਆ ਸਨੇ ਹਾਂ ਕੁਝ ਐ ਜੀ ਕੋ ਗੱਲ ਲੱਗੀ ਬਸ ਚਲੋ ਬਾਕੀ ਗੱਲਾਂ ਜੀ ਲੇਕਿਨ ਇਹ ਗਲਮੁਗ ਲੱਗਦੀ ਹੈ ਯਾ ਯਾ ਤੇ ਉਹ ਕੋਰਾਣ ਪੜ੍ਹੋ ਇਹ ਜਿਹੜਾ ਗਾਣਾ ਜੁਲ ਕੇ ਆਪਣੀ ਜਨਗ ਉਹ ਖਾ ਲੀਏ ਪਾਪੜ ਦਾ ਕੋਈ ਚੀਜ਼ ਹੈ ਸ਼ਾ ਜੀ ਇਹ ਬਿਆਖਣਾ ਕਿ ਹੁਣ ਇਹ ਇੱਕ ਲਿਖਵਾਣਾ ਪੈਸੀ ਉਸਦੇ ਕਿ ਯਾਰਾ ਇਹ ਮਨੇ ਹਾਂ ਇਹ ਇਨਸਾਨਾਂ ਦੇ ਖਾਣੇ ਤੋਂ ਮਨੇ ਉਸ ਵੀ ਦੇਖਿਆ ਹੋਣਾ ਚਾਹੀਦਾ ਹਾਂ ਉਹ ਤਾਂ ਜਨਵਰ ਇਹ ਜਨਵਰਾਂ ਦੀ ਉਰਦੂ ਵਿੱਚ ਲਿਖੇਨ ਉਰਦੂ ਵਿੱਚ ਲਿਖੋ ਹਾਂ ਉਰਦੂ ਵਿੱਚ ਆਪ ਇਹ ਜ਼ੁਬਾਨਾਂ ਵਿੱਚ ਉਸੇ ਲਿਖਿਆ ਹੋਵੇ ਕਿਉਂਕਿ ਲੋਕ ਲੋ ਖਾਈ ਚੁਲਸੋ ਇਹਦੇ ਕੋਈ ਹੋਰ ਹੀ ਬਣਸੀ ਦੇ ਬਿਲਕੁਲ ਇਹ ਨਾ ਹੋਵੇ ਕਿ ਕਲਗ ਹੋ ਹਾਂ ਤਾਂ ਨਾ ਕੋਈ ਹੋਰ ਖੋਈਆਂ ਤੇ ਆ ਗਈਆਂ ਜੀਆਂ ਅਸੀਂ ਹਾਂ ਤੇ ਉਹ ਤੋਂ ਖਾਦੀ ਪੀਤੀ ਚੀਜ਼ਾਂ ਚਲੋ ਇਹ ਗੱਲ ਤੇ ਹੋ ਗਈ ਹੈ ਹਾਂ ਹਾਂ ਇਹ ਗੱਲ ਤੇ ਬੜੀ ਜ਼ੋਰਦਸਤ ਹੋ ਗਈ ਹੈ ਖੁਰਾਕਾ ਦੇ ਤੇ ਅੱਲਾ ਕਰੇ ਅੱਲਾ ਪਾਕ ਬਚਾਵੇ ਜੀ ਇਹ ਜੋ ਖੁਰਾਕਾ ਕੋਲ ਵੀ ਅੱਲਾ ਬਚਾਵੇ ਆਮੀਨ ਆਮੀਨ ਠੀਕ ਹੈ ਜੀ ਕੇ ਬਧਾ ਬਸੋ ਹੀ ਆਪਣੇ ਸਾਹ ਦਾ ਦਾਲ ਸਾਗ ਹੋਈ ਚੱਗੀ ਜੀ ਸਾਜੀ ਕੇ ਬਧਾ ਅਗੇ ਖੜ ਕੇ ਕਿਰੇ 베ਚਦੇ ਹਾਂ ਹਾਂ ਕੇ ਇਹ ਵੀ ਹੋਕਦਾ ਆਪ ਦਾ ਖਾਂਦੇ ਹੋਣ ਅਗੇ 베ਚਦੇ ਹੋ ਇਹ ਵੀ ਹੋਕਦਾ ਉਹ ਇਹ ਨਾ ਵੀ ਕਾਪ ਬੇਗਰੋ 베ਚਣੋ ਕਿਸ ਗੋਰੀ ਕਾ ਜੀ ਗੱਲ ਸੁਣਿਆ ਸੀ ਇੱਕ ਗੱਲ ਆਪ ਹੀ ਚਾਹੀਦੀ ਗੱਲ ਇਹ ਹਸਤਾ ਖੇਡਦਾ ਹਜ਼ਾਰਾ ਤੇ ਅਸੀਂ ਫਿਰ ਮੁੜ ਕੇ ਆਨੇ ਕਿਉਂਕਿ ਉਹਨਾਂ ਪਾਸੇ ਬਹੁਤ ਦੂਰ ਅਗੇ ਨੇ ਕੁਲ ਜੁਰ ਸਾ ਹਾਂ ਅਗੇ ਉਰਤ ਕੋ ਤੁਸੀਂ ਹੋਣੀ ਦਾਲੀ ਤੇ ਆ ਗਏ ਤੁਸੀਂ ਮੁਲਕੋਂ ਬਾਹਰ ਗੱਡਦੇ ਹੋ ਦੇਵੇਂ ਦੇ ਸਿਰੋਸਟ੍ਰੇਲੀਓ ਵੀ ਪਰਾਂ ਲੇਟ ਅਸਲ ਵਿੱਚ ਜਿਹੜਾ ਸੁਣਨਾ ਚਾਹੁੰਦੇ ਨੇ ਉਹ ਤੁਸੀਂ ਸੁਣਨਾ ਚਾਹੁੰਦੇ ਨੇ ਤੇ ਇਹ ਦੇਖੋ ਤੁਸੀਂ ਇੱਕ ਦੋ ਚਾਰ ਸ਼ੇਰ ਆਖੇ ਤੇ ਕਿੰਨੀਆਂ ਗੱਲਾਂ ਆਗੂ ਨਿਕਲੀਆਂ ਹਾਂ ਦੇਖੋ ਨਾ ਗੱਲਾਂ ਇਹਨਾਂ ਤੇ ਤੇ ਦਿਹਾੜੀ ਸਾਰੀ ਬਹਿਸ ਕਰਦੇ ਰਹਾਂ ਤੇ ਨਹੀਂ ਖਤਮ ਹੁੰਦੀ ਤੇ ਹੁਣ ਤੁਸੀਂ ਫਿਰ ਇੱਕ ਦਫਾ ਵਿਊਅਰਸ ਸ਼ਾਹ ਜੀ ਉਹਨਾਂ ਅੱਗੇ ਗੁਜ਼ਾਰਿਸ਼ ਇੱਕ ਦਫਾ ਫਿਰ ਸ਼ਾਹ ਜੀ ਆਓ ਜੀ ਹੋਰ ਕੋਈ ਹੋਰ ਕੋਈ ਸੋਹਣਾ ਜਿਹਾ ਫੁੱਲ ਹੋਰ ਆ ਜੁਰੇ ਆਂਦੇ ਜੀ ਬਿਲਕੁਲ ਜਿਸ ਦੀ ਖੁਸ਼ਬੂ ਬਿਖੇਰੋ ਤਾਂ ਕਿ ਪਤਾ ਚੱਲੇ ਡਾਕਟਰ ਸਾਹਿਬ ਗੱਲ ਵਿੱਚ ਗੱਲ ਆਪ ਕੱਢ ਦਿਓ ਤੇ ਲਾਂਦੇ ਮਥੇ ਸ਼ਾਹ ਜੀ ਦਿਓ ਚਲੋ ਚਲੋ ਗੱਲ ਮੁੱਕੀ ਫਿਰ ਤੁਸੀਂ ਨਵੀਂ ਸਿੱਖ ਛੋੜ ਸੋ ਤੇ ਫਿਰ ਮਰੇ ਤਾਂ ਆਖੋ ਕਿ ਜੀ ਤੁਸੀਂ ਗੱਲਾਂ ਚੋਂ ਗੱਲਾਂ ਕੱਢ ਦਿਓ ਛੱਡੋ ਇਹ ਇਹ ਖਾਲਿਆਂ ਨੂੰ ਪਤਾ ਹੈ ਗੱਲ ਚੋਂ ਗੱਲ ਕੌਣ ਕੱਢਦਾ ਹੈ ਹਾਂ ਅੱਛਾ ਚਲੋ ਹੁਣ ਮੈਂ ਤੁਸਾਂ ਸੁਣਾਏ ਹੁਣ ਆਪਣੀ ਬਸਤੀ ਦੇ ਲੋਕਾਂ ਦੀ ਗੱਲ ਕਰਾਣਾ ਦੂਰੋਂ ਤੇ ਫੁੱਲ ਦਿਸਤੈ ਸਾਰੇ ਲੋਕ ਤੁਸਾਂ ਦੀ ਬਸਤੀ ਦੇ ਦੂਰੋਂ ਤੇ ਫੁੱਲ ਦਿਸਤੈ ਦੂਰੋਂ ਤੇ ਫੁੱਲ ਦਿਸਤੈ ਸਾਰੇ ਲੋਕ ਤੁਸਾਂ ਦੀ ਬਸਤੀ ਦੇ ਕੋਲੋਂ ਆ ਕੋਲ ਆਉ ਤੇ ਹੰਸ ਲਿਆਰੇ ਲੋਕ ਤੁਸਾਂ ਦੀ ਬਸਤੀ ਦੇ ਹਾਂ ਜੀ ਹਾਂ ਦੂਰੋਂ ਤੇ ਫੁੱਲ ਦਿਸਤੈ ਸਾਰੇ ਲੋਕ ਤੁਸਾਂ ਦੀ ਬਸਤੀ ਦੇ ਕੋ ਲਾਉ ਤੇ ਹੈਂਸਲਿਆਰੇ ਲੋਕੋ ਸੰਦੇਸ ਕੜੇ ਕੜੇ ਹਫਤੇ ਨਹੀਂ ਹਸ ਲਿਆਰੇ ਜਿਹੜਾ ਹੈ ਨਾ ਜੀ ਉਹ ਕੰਡੇ ਖੋਂਦੇ ਬੜਾ ਸਖ ਚਾਹ ਹਾਈ ਵਿੱਚ ਹੁੰਦਾ ਆ ਕਾ ਵਿੱਚ ਹੁੰਦਾ ਉਹ ਚੁੱਪਦੇ ਜੜਾ ਆ ਉਹ ਨਾਲ ਚਮਟ ਚੁੱਪਦੇ ਹਾਂ ਉਹ ਨਾਲ ਚਮਟਦੇ ਉਹ ਇਕ ਵਾਰੀ ਨਹੀਂ ਇਕ ਵਾਰੀ ਤਾਂ ਸੱਤੀ ਸੱਤੀ ਇਹ ਚੁੱਪਦੇ ਉਹ ਨਿਕਲਦਾ ਵੀ ਨਹੀਂ ਇਹ ਰ ਆ ਇਹ ਲੋਕਾਂ ਦੇ ਬਾਰੇ ਬਸ ਇਹ ਲੋਕਾਂ ਦੇ ਕੋਲ ਆਉ ਤੇ ਸਿਆਰੇ ਨੇ ਦੂਰੋਂ ਦੇਖੋ ਤੇ ਜੇ ਲੋਕਾਂ ਨਾਲ ਉਸ ਦਾ ਵਿਆਹ ਪਇਓ ਸੀ ਦੂਰੋਂ ਦੇਖ ਤੇ ਉਸੋਂ ਮੁੱਚਾ ਆਦਮੀ ਆ ਤੇ ਕੋਲ ਜਿਸੇਤੀ ਆਂਦੀ ਹੋਤੀ ਅਗਰ ਸੁਣਦੇ ਜਲਸੋ ਤੁਸੀਂ ਤੇ ਫਿਰਸਤਾ ਗੱਲ ਤੁਸੀਂ ਆ ਪੀਕਰੂ ਮੈਂ ਤੁਸ ਦਾ ਤਜਰਬਾ ਕੁਝ ਗੱਲਾਂ ਨੇ ਸਾਰੀ ਕਿ ਉਹ ਇੱਕ ਹੋਰ ਵੀ ਇੱਕ ਸ਼ਾਇਰ ਹੈ ਉਸਨੇ ਵੀ ਆਇਆ ਹੈ ਇੰਦਰੋਂ ਹੋਰ ਨੇ ਤੇ ਬਾਹਰੋਂ ਹੋਰ ਨੇ ਹਾਂ ਜੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਸਜੀ ਬਾਦਰ ਕਬੀ ਬਿਲਕੁਲ ਠੀਕ ਹੈ ਜੀ ਉਹ ਗਲਤ ਅਗੇ ਅਜੀ ਸ਼ਾ ਜੀ ਕੰਡੇ ਬਣ ਕੇ ਚੁਬ ਦੇ ਨਹਿ ਜੇ ਕਰ ਛੁੜ ਦੇ ਫਿਰ ਲੀ ਰੋਲੀਰ گنڈੇ ਗੰਡੇ ਬਣ ਕੇ ਚੁਬਦੇ ਨੇ ਜੀ ਕਰ ਛੁੱਡ ਦੇਣ ਫਿਰ ਲੀਰੋ ਲੀਰ ਫੁੱਲਾਂ ਦੇ ਝੂਠੇ ਖਾਰੇ ਲੋਕ ਤੁਸਾਂ ਦੀ ਬਸਤੀ ਦੇ ਫੁੱਲਾਂ ਦੇ ਝੂਠੇ ਖਾਰੇ ਤੁਸਾਂ ਵੀ ਫੁੱਲਾਂ ਖਾਰੇ ਲੱਗਦੇ ਨੇ ਲੇਕਿਨ ਜੇ ਚੁਬਦੇ ਨੇ ਗੰਡੇ ਵਾਗ ਲੀਰੋ ਲੀਰ ਕੀਤੇ ਦੋਂਦੇ ਆਦਮੀ ਹਾਂ ਲੇਕਿਨ ਦੇਖ ਜਰਾ ਰਾਸ਼ਾ ਜੀ ਸਾਰੇ ਲੋਕ ਹੈ ਜੀ ਨਹੀਂ ਨੇ ਨਾ ਨਾ ਇਹ ਵਿੱਚ ਇਹ ਵਿੱਚੋਂ ਖਾਸ ਥੋੜਾ ਜਾਇ ਇਹ ਹੁਣ ਨਾ ਹੁਣ ਮੈਂ ਤੁਹਾਨੂੰ ਦੱਸਾਂ ਹੁਣ ਵਕਤ ਹੈ ਜਾ ਗਏ ਨਾ ਜੀ ਕਿ ਹੁਣ ਤੁਸੀਂ شناخت ਦੀ ਨਗਾ ਰੱਖਦੇ ਚੰਗੇ ਮੰਦੇ ਦੀ شناخت ਹੀ ਨਾ ਗੁਮਾਸਟੀ ਹੈ ਤੋ ਚੰਗੇ ਲੋਕ ਜਿਹੜੇ ਆਸੇ ਉਹ ਜ਼ਰਾ ਪਿਛੇ ਹੋ ਗਏ ਦੂਏ ਜਿਹੜੇ ਹਨ ਪਤਾ ਨਹੀਂ ਹੈ ਨਾ ਲੇਕਿਨ ਇਹ ਚੰਗੇ ਲੋਕਾਂ ਨਾਲ ਹੀ ਸ਼ਾਹੀ ਬਾਸ਼ਾ ਦਾ ਉਹ ਬਾਤ ਚੱਲਦਾ ਹੈ ਜੀ ਸਾਰਾ ਕੋ ਕੰਮ ਚੱਲਦਾ ਹੈ ਛੇ ਲੋਕਾਂ ਦੀ ਵਜ੍ਹਾ ਤੋਂ ਅਗਰ ਉਹ ਚੱਲੇ ਨਾ ਹੋਣ ਤੇ ਫਿਰ ਗੱਲ ਸੋਈ ਲੇਕਿਨ ਇੱਕ ਚੀਜ਼ ਹੈ ਇਹਨਾਂ ਲੋਕਾਂ ਸੈਣਨਾ ਬੜਾ ਜ਼ਰੂਰੀ ਹੈ ਜਿਹੜੇ ਅਜੀ ਹੁੰਦੇ ਨੇ ਹਾਂ ਇਹ ਹੁਣ ਸੁਣੋ ਨਾ ਨਾ ਕੀਤਾ ਗਿਆ ਆਪਣੀ ਬੇੜੀ ਆਪ ਫਸਾ ਕੇ ਆਪਣੇ ਹੱਥੋਂ ਕੌਮੜੀ ਵਿੱਚ ਆਪਣੀ ਬੇੜੀ ਆਪ ਫਸਾ ਕੇ ਆਪਣੇ ਹੱਥੋਂ ਕੌਮੜੀ ਵਿੱਚ ਲੱਭਦੇ ਫਿਰਦੇ ਨਾਉਣ ਕਿਨਾਰੇ ਲੋਕ ਤੁਸਾਂ ਦੀ ਬਸਤੀ ਦੇ ਵਾਹ ਜੀ ਵਾਹ ਪਹਿਲੇ ਕੰਮ ਇਹ ਜੇ ਕਿ ਤਿੰਨੇ ਆਪਣੀ ਬੇੜੀ ਆਣ ਘੋੜੀ ਵੀ ਡੋਬੀ ਤੇ ਹੁਣ ਆਤਨ ਕਿਨਾਰੇ ਕਿਥੇ ਆ ਬੇੜੀ ਵੀ ਬੱਡੇ ਪਾਏ ਬੇੜੀ ਵੀ ਬੱਡੇ ਪਾ ਕੇ ਹੁ ਡੁਬਣਾ ਤਾਂ ਆਂ ਡੋੜ ਕੇ ਨਾਰੀ ਢੂਣਨ ਹੁ ਡੁਬਣਾ ਕਹਿੰਦੇ ਉਹ ਦੋਈ ਗੱਲ ਜਿਹੜੀ ਤੁਸਾਂ ਕੀਤੀ ਆ ਸੀ ਨਾ ਜੀ ਕਿ ਇਹ ਨਹੀਂ ਚੰਗੇ ਲੋਕ ਵੀ ਆ ਨੇ ਉਹ ਹੁ ਆਉਨਾ ਤਾਂ ਮੈਂ ਕਾਟਾ ਸੇ ਪਰ ਆਉਂਦੇ ਆ ਸੇ ਮਹਿਰਮੋਹਤਾਂ ਵਾਲੇ ਵੀ ਹਾਂ ਜੀ ਹਾਂ ਬਿਲਕੁਲ ਕਾਟਾ ਸੇ ਪਰ ਆਉਂਦੇ ਆ ਸੇ ਮਹਿਰਮੋਹਤਾਂ ਵਾਲੇ ਵੀ ਬੇ ਮੇਰਾ ਉਹ ਕਿੱਥਾ ਮਾਰੇ ਲੋਕ ਤੁਸਾਂ ਦੀ ਬਸਤੀ ਦੇ ਹੁਣ ਉਹ ਸੰਗਤ ਹੀ ਨਹੀਂ ਆਉਂਦੇ ਚੰਗੇ ਲੋਕ ਜਿਹੜੇ ਇਹਨੂੰ ਆਪਣੀ ਜਾਨ ਚ ਪਾਈ ਦਈ ਉਹ ਕੇਸ਼ਾ ਜੀ ਉਹਨਾਂ ਦੀ ਦੇਖੋ ਕਿੰਨੀਆਂ ਜ਼ਬਰਦਸਤ ਗੱਲਾਂ ਆ ਹੈ ਜੀ ਕਿਸੇ ਗ੍ਰਾਹੇ ਮੇ ਜਾਂ ਮਾਹੌਲੇ ਦੇ ਅੰਦਰ ਉਹ ਲੋਕ ਕਿੰਨਾ acha ਸਾਰੇ ਬੱਚੇ ਆਪਣਾ ਸਮਝਦੇ ਬਿਲਕੁਲ ਵੱਢਨੇ ਕੋਨ ਸਾਰੇ ਬੱਚੇ ਆਪਣਾ ਸਮਝਦੇ ਏਰੀਆ ਤੇਰਾ ਫਲਾਣੇ ਦਾ ਬੱਚਾ ਫਲਾਣੇ ਦਾ ਨਾ 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 ਜਿੱਥੇ ਦੇਚ ਕੋਈ ਗਲਤ ਕੰਮ ਹੁੰਦਾ ਹੈ ਠੀਕ ਹੈ ਜੀ ਕੋਈ ਗਲਤ ਬੱਚੇ ਕੋਈ ਗਲਤ ਹਰਕਤ ਕਰਦੇ ਨੇ ਉਸ ਨੂੰ ਆਤੇ ਨਾ ਕਰ ਬੱਚਾ ਇਹ ਕਮ ਡਿਗਰੀ ਇਹ ਨਹੀਂ ਆਤੇ ਯਾਰ ਇਹ ਫਲਾਣੇ ਦਾ ਬੱਚਾ ਸਾਰੇ ਬੱਚੇ ਆਪੇ ਸਾਰਾ ਗਰਾਹ ਆਪਣਾ ਸਾਰਾ ਮਹਿਰਮਾਤਾ ਲਿਆ ਸੇ ਉਹ ਹੀ ਮਹਿਰਮਾਤਾ ਤੇਵਾ ਹੋ ਗਿਆ ਨਾ ਜੀ ਉਹ ਲੋਗ ਗੇ ਗੁੰਗੇ ਜਾ ਜੀ ਕੋਈ ਮਿਆਤਾ ਨਾ ਬੇਮਹਿਰਾ ਕਿਥਾ ਮਾਰੇ ਬੇਮਹਿਰਾਂ ਦਿਆ تھا ਵਿੱਚ ਆ ਗਏ ਸਾਰੇ ਜੀ ਤੁਸੀਂ ਇਹ ਗੱਲਾਂ ਛੱਡ ਕੇ ਦੇਖੋ ਜਿੰਦਾ ਫਿਰ ਮੈਂ ਮਾਤਾ ਮੋੜਾ ਮੈਂ ਦੁਆ ਕਰੋ ਜੀ ਅਸੀਂ ਵੀ ਦੁਆ ਕਰਦੇ ਹਾਂ ਇਸ ਦਾ ਮਕਸਦ ਵੀ ਇਹ ਹੈ ਹੁਣ ਇੱਥੇ ਜਿੱਥੇ ਬੇਮਹਿਰ ਮੁੱਕੇ ਨਾ ਜੀ ਉਥਾ ਫਿਰ ਕੀ ਹਾਲ ਹੁੰਦੇ ਪਤਾ ਹਾਂ ਉਥਾ ਹਾਲ ਹੁੰਦੇ ਹੁਣ ਸੁਣੋ ਕਾਣਾ ਦੇਖੋ ਰਾਜਾ ਬਣ ਕੇ ਕੀ ਐ ਇੱਥਾ ਰਾਜ ਕਰੇ ਕਾਣਾ ਦੇਖੋ ਰਾਜਾ ਬਣ ਕੇ ਕੀ ਐ ਇੱਥਾ ਰਾਜ ਕਰੇ ਅੰਨੇ ਹੋਗੇ ਜਦੋਂ ਸਾਰੇ ਲੋਕ ਤੁਸਾਂ ਦੀ ਬਸਤੀ ਬਸਤੀ ਦੋਵੇਂ ਕਾਣਾ ਦੋਵੇਂ ਕਾਣਾ ਅਨੇ ਹੌਜਲਸਨ ਵਿਕਾਣੀਆਂ ਦੀ ਰਾਜ ਹਨ ਕਾਣਾ ਦਾ ਰਾਜ ਤੇ ਫਿਰ ਇਹ ਕੁਝ ਹੋਣਾ ਬਸਲਾ ਬਚਾਵੇ ਜੀ ਅੱਲਾ ਬਚਾਵੇ ਇਹ ਜੇ ਕਾਣਾ ਦੇ ਰਾਜ ਕੋਲ ਵਾਲਾ ਹਾਂ ਲੇਕਿਨ ਅਸੀਂ ਕਿ ਫਿਰ ਤੋਪ ਤਪੀ ਤੇ ਗਲਦੇ ਜੁਲਸਨ ਬਰਫਾ ਦੇ ਸਾਰੇ ਬੋਤ ਸਾਰੇ ਬਰਫਾਏ ਬੋਤ ਨੇ ਹਾਂ ਜੀ ਤੋਪ ਤਪੀ ਤੇ ਹਾਂ ਤੋਪ ਲੱਗਦੀ ਤੇ ਬਰਫ ਗਲਦੀ ਗਲਦੀ ਤੋਪ ਤਪੀ ਤੇ ਗਲਦੇ ਜੁਲਸਨ ਬਰਫਾ ਦੇ ਸਾਰੇ ਬੋਤ ਹੂੰ ਦੀਆਂ ਅਗਾ ਕਸ ਖਲੇਾਰੇ ਲੋਕ ਤੁਸਾਂ ਦੀ ਬਸਤੀ ਦੇ ਵਾਹ ਜੀ ਦੇ ਦਿਆਂ ਦਿਨ ਦਿਨ ਵੀ ਲੋਕਾਂ ਦੀ ਆਹ ਉਹਦੀ ਦਿਨ ਸੂਰਜ ਹੈ ਨਾ ਸੂਰਜ ਦਾ ਤੋਪੇ ਦਾ ਆਹ ਦਿਨ ਤੇ ਬਦਲਾਅ ਤੇ ਨੀ ਸੂਰਜ ਤੇ ਚਾ ਦਿਨ ਅੱਗਾ ਕਸ ਖਲੇਾਰੇ ਲੋਕ ਤੁਸਾਂ ਦੀ ਬਸਤੀ ਦੇ ਗੌਰ ਫਿਕਰ ਇਹ ਕੁਝ ਨਹੀਂ ਕਰਦੇ ਡੰਗਰ ਡੋਰਾ ਨਾਲੋ ਬਸ ਇਹ ਡੰਗਰ ਡੋਰਾ ਨਾਲੋ ਗੌਰ ਫਿਕਰ ਕੋਈ ਨਹੀਂ ਤੋ ਤੋ ਇਹਦੇ ਹਾਂ ਜਾਬ ਨਹੀਂ ਜਾਬ ਤੇ ਨੇ ਤੋ ਤੋ ਉਹ ਇਨਸਾਨ ਕਿ ਹੁੰਦੇ ਗੌਰ ਫਿਕਰ ਕਰੇ ਨਾ ਇਹ ਡੰਗਰ ਨਾਲੋ ਬਸ ਹਾਂ ਤੋ ਤੋ ਇਹਦੇ ਬਤ ਮਾਰੀ ਜੀ ਹਾਂ ਬਿਲਕੁਲ ਬਿਲਕੁਲ ਗੌਰ ਫਿਕਰ ਇਹ ਕੁਝ ਨਹੀਂ ਕਰਦੇ ਡੰਗਰ ਡੋਰਾ ਨਾਲੋ ਬਸ ਫਿਰ ਦਿਨ ਜੰਗਲ ਮਾਰੇ ਮਾਰੇ ਲੋਕ ਤੁਸਾਂ ਦੀ ਬਸਤੀ ਦੇ ਤੇ ਆਉਣ ਸੁਣਿਓ ਜੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਵਾਪਿਆ ਤੇ ਸ਼ਾਜੀ ਡੇਠੇ ਅੰਦਰੋ ਕਿਤਨੇ ਪਹਿੜੇ ਨੇ ਹਾਂ ਇਹ ਅਸਲ ਗੱਲ ਹੈ ਵਾਪਿਆ ਵਾਹ ਸ਼ਾਜੀ ਡੇਠੇ ਅੰਦਰੋਂ ਕਿਤਨੇ ਪਹਿੜੇ ਨੇ ਬਾਹਰੋਂ ਲਗਦੇ ਨੇ ਚੰਨ ਤੇ ਤਾਰੇ ਲੋਕ ਤੁਸਾਂ ਦੀ ਬਸਤੀ ਵਾਹ ਸ਼ਾਹੀ ਇਥੇ ਗੱਲ ਮੁਕਾ ਛੁੜੀ ਵਾਹ ਪਿਆ ਤੇ ਹਾਂ ਸ਼ਾਹੀ ਡੇਠੇ ਅੰਦਰੋਂ ਕਿਤਨੇ ਪਹਿੜੇ ਨੇ ਜਬ ਵਾਜੀ ਵਾਹ ਬਾਹਰੋਂ ਲਗਦੇ ਨੇ ਚੰਨ ਤੇ ਤਾਰੇ ਲੋਕ ਤੁਸਾਂ ਦੀ ਬਸਤੀ ਵਾਹ ਸ਼ਾਹੀ ਇਥੇ ਗੱਲ ਮੁਕਾ ਛੁੜੀ ਹੈ ਕਿ ਸਾਹਮਣੇ ਦੇਖੋ ਲੋਕ ਲੱਗਦੇ ਨੇ ਕਿ ਯਾਰ ਇਹ ਬੜਾ ਸੋਹਣਾ ਬੜਾ ਅੱਛਾ ਬੜਾ ਬਿਲਕੁਲ ਐ ਚੀਜ਼ ਲekin ਵਾ ਪੈਂਦੇ ਤੁਸੀਂ ਇਹ ਪਤਾ ਯਾਰ ਇਸ ਨਾਲ ਦੇ ਸਿੰਘ ਲੱਗੇ ਨੇ ਹਾਂ ਬਿਲਕੁਲ ਤੁਸੀਂ ਵਾ ਵੀ ਪਿਓ ਸੀ ਜੀ ਪਹਿੜਿਆ ਨਾ ਜੀ ਪਹਿੜਿਆ ਨਾਲ ਹਲਵਾ ਪਿਓ ਸੀ ਉਹ ਸਾਹਮਣੇ ਦੇਖਦੇ ਨੇ ਜੀ ਆਦਮੀ ਉੱਤੇ ਫੁੱਲ ਦੇ ਤਾਰੇ ਯਾਰ ਇਹ ਬੁਆ ਚਾਹ ਹਾਂ ਉਹ ਜਦ ਵਾ ਪੈਂਦਾ ਉਹ ਸਮਝ ਆਦਮੀ ਰੈਸ ਨਾਲ ਸਿੰਘ ਲੱਗੇ ਨੇ ਸੇਕ ਮਾਰਦੇ ਉਹ ਸਿੰਘ ਜੀ ਉਹ ਜਾਣ ਬਚਾ ਲਈਏ ਉਹ ਹਾਤੇ ਹੁੰਦੇ ਨਾ ਜੀ ਡਾਕਟਰ ਸਾਹਿਬ ਵਾ ਪਿਆ ਜਰਾ ਪਿਆ ਫਿਰ ਆਦਮੀ ਨੂੰ ਪਤਾ ਲੱਗਦਾ ਹੈ ਵੀ ਨਾ ਪੇਵੇ ਯਾਰ ਨਾ ਬੜੇ ਕਸਾ ਨਾ ਸਮਝੋ वाह पैना बड़ा जरूरी है सहन होना शाह जी बहुत बहुत शुक्रिया आखिर बिलकुल जबरदस्त गल की बंद जो वाह पैदा है फिर सू पता लगता है कौन तो अच्छा है लोग बुरा है जो भी है लेकिन ऐसा जी एक गल है अपनी तरफों करो बेहतरी करो ठीक है जी अल्लाह मालिक है अल्लाह की जात उसे मौजूद है अच्छाई है अच्छा वाह पाए ਇਹ ਜ਼ਾਲਮ ਬੋਲਾ ਅੱਲਾ ਬਚਾਵੇ ਜੀ ਵੀਵਰਸ ਅ ਅਸਾਂ ਗਾਣਾ ਸੁੜੀਆਂ ਸ਼ਾਜੀ ਉਹਨਾਂ ਦੀਆਂ ਵੀ ਤੇ ਸਾਡੀਆਂ ਵੀ ਦੇ ਅ ਤੁਹਾਨੂੰ ਉਮੀਦ ਹੈ ਕਿ ਤੁਸਾਂ ਇਹ ਗਾਣਾ ਪਸੰਦ ਆਇਆ ਹੋਸਨ ਤੇ ਜ਼ਰੂਰ ਇਸ ਪ੍ਰੋਗਰਾਮ ਲਾਈਕ ਕਰੋ ਸਾਡਾ ਇਹ ਪ੍ਰੋਗਰਾਮ ਵਾਸਤਾ ਕਿਹਦਾ ਹਜ਼ਾਰਾ ਤੇ ਇਨਸ਼ਾਅੱਲਾ ਇਸੇ ਤਰ੍ਹਾਂ ਜਾਰੀ ਰਹੀ ਤੁਸੀਂ ਇਸ ਲਾਈਕ ਕਰਦੇ ਰਹੋ ਔਰ ਆਪੜੇ ਜਿਹੜੇ आ, आ, कमेंट्स हैं या व्यूज हूँ नाल असा इंफॉर्म करते रहो कि क्या सुन पसंद आया नहीं आया या इस पर कोई बेहतरी की तरफ अल्ल सकने जी को अच्छाई इस पर रखने या और बेहतर प्रोग्राम कर रखने तो असर जरूर दसोता शाह जुड़ी साल मौजूद ने इन्होंने को सारिया चीज़ों का लाज मौजूद है तो इन शाला फिर एक दफा तुजारिश है कि स्राइटेरियन टीवी नेटवर्क है उसको भी लाइक करो और बेल आइकन जो है उस क्लिक करो ताकि अच्छी वीडियो और अच्छे प्रोग्राम जगक पहुंचते रहो तो बहुत बहुत शुक्रिया व्यूअर्स इनशाला फिर एक अच्छे प्रोग्राम दोबारा शाहजुआ फिर हाजिर हो स पाकिस्तान जिंदाबाद असल